ਇਹ ਪਕੜਦਾ ਨਹੀਂ ਇੱਕ ਸਾ। ਇਹਨੂੰ ਵਾਰ-ਵਾਰ 2-3 ਵਾਰੀਆਂ ਚ ਸਿਟੇ ਦੇ ਡੋਮਣੇ ਪੈਣੀ। ਜਿਵੇਂ ਕਣਕੜੀਆਂ ਜ਼ਿਆਦਾ ਰੋਟੀਆਂ ਖਾ ਲੈਣੇ ਇਹ ਐ ਹੀ ਨਹੀਂ ਖਾਦੀ ਜਾ ਸਕਦੇ। ਕਿ ਇਹ ਜਿਹਨੂੰ ਆਪਾਂ ਯੂਜ਼ ਕਰਾਂਗੇ ਤੇ ਸਰੀਰ ਨੂੰ ਆਪਣੇ ਨਿਊਟ੍ਰੀਸ਼ਨ ਪਾਵਰ ਪੂਰੀ ਮਿਲੂਗੀ, ਐਨਰਜੀ ਪੂਰੀ ਮਿਲੂਗੀ। ਇਹਦੇ ਵਿੱਚ ਸ਼ੂਗਰ ਵਗੈਰਾ ਵਾਲੇ ਮਰੀਜ਼ਾਂ ਆਸ ਤੇ ਬਹੁਤ ਵਧੀਆ ਚੀਜ਼ ਆ। ਕੋਈ ਦਵਾਈ ਲੈਣ ਦੀ ਲੋੜ ਨਹੀਂ ਜੇ ਤੁਸੀਂ ਇਹ ਪੰਜਾਂ ਅਨਾਜਾਂ ਨੂੰ ਯੂਜ਼ ਕਰਦੇ ਆ। ਆ ਇਹ ਸਿੱਧੀ ਖਾ ਸਕਦੇ ਆ। ਹਾਂ ਇਹਨੂੰ ਆਪਾਂ 5-4 ਘੰਟੇ ਪਿਉ ਕੇ ਮੁੜ ਕੇ ਖਿਚੜੀ ਆਂ ਨੂੰ ਰੰਨ ਕੇ ਤੇ ਉਹਦੇ ਵਿੱਚ ਆਪਾਂ ਦਹੀਂ, ਸੱਧੀ ਕੋਈ ਚੀਜ਼ ਵੀ ਰਲਾ ਕੇ ਉਹਨੂੰ ਆਪਾਂ ਖਿਚੜੀ ਮੰਮੂ ਵੀ ਖਾ ਸਕਦੇ ਆ। ਸਾਨੂੰ 3 ਸਾਲ ਹੋਏ ਆ ਜੀ ਸ਼ੁਰੂ ਕੀਤੇ ਨੂੰ। ਤੇ ਸਾਥੋਂ ਐ ਇੱਕ ਵੀ ਅਸੀਂ ਪਨੀਰੀਆਂ ਵੀ ਲੋਕਾਂ ਨੂੰ ਫਰੀ ਵੰਡੀਆਂ ਸੀਆਂ। ਕਿਵੇਂ ਜਿਵੇਂ ਨੈਟ ਦੇ ਜਰੀਏ ਦੱਸ ਕੇ گاਣ ਸਾਨੂੰ ਤਾਂ ਭਲਾਂ ਹੀ 10 ਸਾਲ ਹੋ ਗਏ ਅਸੀਂ ਆਰਗੈਨਿਕ ਖੇਤੀ ਦਾ ਕੰਮ ਕਰਦੇ ਕਰਕੇ ਪਰ ਆਮ ਲੋਕਾਂ ਨੂੰ ਇੱਕ ਸਾਲ ਕੀ ਹੋਇਆ ਪੱਟਾ ਦਾ ਬਿਸਕੁਟ ਵਗੈਰਾ ਇਹਦੇ ਆਪਾਂ ਤਿਆਰ ਕਰ ਸਕਦੇ ਆ ਖਾ ਸਕਦੇ ਆ ਇਹਦੇ ਵਿੱਚ ਵੀ ਨਿਊਟ੍ਰੀਸ਼ਨ ਪਾਵਰ ਉਹਨਾਂ ਦੇ ਮੁਕਾਬਲੇ ਇਹਨਾਂ ਨੂੰ ਬਦਲ-ਬਦਲ ਕੇ ਖਾਣਾ ਪੈਂਦਾ 2-4 ਦਿਨ ਉਹ ਅਨਾਜ ਖਾਓ ਬੂਟੰਡਣ ਉਹ ਨਾਜ ਖਾਓ ਆ ਬਦਲ ਬਦਲ ਕੇ ਖਾਣ ਨਾਲ ਜਿਆਦਾ ਵਧੀਆ ਨਿਊਟ੍ਰੀਸ਼ਨ ਪਾਵਰ ਮਿਲੂਗੀ ਸਰੀਰ ਨੂੰ 5-6% ਬੀਨੀ ਲੋਕ ਹਲੇ ਇਹਨੂੰ ਬੀਜ ਰਿਹਾ 2-3% ਵਾਂਗੂ ਆ ਬਾਕੀ ਇਹ ਸਾਰੀ ਸੌਫਟ ਚੋਂ ਹੀ ਮੰਗਾਈ ਜਾਂਦੀ ਉਥੋਂ ਦਾ ਫਿਰ ਉਧਰੋਂ ਤਾਂ ਮਹਿੰਗੀ ਵੀ ਆਉਂਦੀ ਹੋਣੀ ਫਿਰ ਆਪਣੇ ਆਪਣੇ ਸਬਕ ਨੂੰ ਇਹ ਘੱਟੋ ਘੱਟ 100-150 ਰੁਪਏ ਕਿਲੋ ਤੱਕ ਵੀ ਇਹ ਵਿਕੀ ਜਾ ਰਹੀ ਹੈ ਇਸ ਟਾਈਮ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਪੰਜਾਬ ਦੇ ਵਿੱਚ ਜਦੋਂ ਕਣਕ ਤੇ ਝੋਨੇ ਦਾ 나ੜ ਦੀ ਪਰਾਲੀ ਨੂੰ ਅੱਗ ਲਾਉਨੇ ਆ ਤਾਂ ਉਦੋਂ ਬਹੁਤ ਸਾਰਾ ਵਾਤਾਵਰਨ ਜਿਹੜਾ ਹੈ ਉਹ ਪਲੀਟ ਹੁੰਦਾ ਹੈ। ਔਰ ਇਸ ਤੋਂ ਇਲਾਵਾ ਕਣਕ ਤੇ ਝੋਨੇ ਦੀ ਜਿਹੜੀ ਬਜਾੰਦ ਹੈਗੀ ਹੈ ਉਹ ਜ਼ਿਆਦਾ ਹੋਣ ਕਰਕੇ ਧਰਤੀ ਹੇਠਲਾ ਪਾਣੀ ਜਿਹੜਾ ਨੀਵਾ ਹੋ ਰਿਹਾ ਤੇ ਅਸੀਂ ਪਾਣੀ ਐਕਸਪੋਰਟ ਕਰ ਰਹੇ ਹਾਂ। ਇਸ ਦੇ ਬਦਲ ਵਜੋਂ ਅੰਗਰੇਜ਼ ਸਿੰਘ ਪੁੱਲਰ ਵਰਗੇ ਕਈ ਐਸੇ ਵਿਅਕਤੀ ਨੇ ਜਿਹੜੇ ਪੰਜਾਬ ਦੇ ਵਿੱਚ ਕੁਟਕੀ, ਕੋਧਰਾ ਰਾਗੀ ਕੰਗਣੀ ਵਰਗੀ ਜਿਹੜੀ ਫਸਲ ਹੈ ਉਹਦੀ ਬਜਾਈ ਕਰ ਰਹੇ ਨੇ ਔਰ ਇਸੇ ਤਰ੍ਹਾਂ ਹੀ ਸਾਡੇ ਕੋਲੇ ਨੇ ਸਰਦਾਰ ਅੰਗਰੇਜ਼ ਸਿੰਘ ਭੁੱਲਰ ਜਿਹੜੇ ਕੁਟਕੀ ਰਾਗੀ ਕੰਗਣੀ ਦੀ ਬਜਾਈ ਕਰਦੇ ਆ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਤੇ ਝੋਨੇ ਦਾ ਬਦਲ ਸਿੱਧ ਹੋਏਗਾ ਔਰ ਨਾਲ ਦੀ ਨਾਲ ਕਣਕ ਤੇ ਝੋਨੇ ਤੋਂ ਜ਼ਿਆਦਾ ਕਮਾਈ ਵੀ ਹੋਏਗੀ ਔਰ ਇਹ ਜਿਹੜੀਆਂ ਫਸਲਾਂ ਹਨ ਮਨੁੱਖੀ ਖੇਤ ਲਈ ਬਹੁਤ ਲਾਭਦਾਇਕ ਸਿੱਧ ਹੋਣਗੀਆਂ ਔਰ ਪ੍ਰੈਕਟੀਕਲੀ ਅਸੀਂ ਦੇਖਦੇ ਹਾਂ ਕਿ ਅੰਗਰੇਜ਼ ਸਿੰਘ ਭੁੱਲਰ ਇਸ ਫਸਲ ਨੂੰ ਕਿਵੇਂ ਅਗਾਉਂਦੇ ਨੇ ਤੇ ਇਸ ਫਸਲ ਦਾ ਕੀ ਫਾਇਦਾ ਹੁੰਦਾ ਹੈ ਇਹ ਜਿਹੜਾ ਹੈਗੇ ਆ ਜੀ ਇਹ ਪ੍ਰਾਣੇ ਮੂਲ ਅਨਾਜ ਆ ਇਹਨਾਂ ਨੂੰ ਵੱੱਡਲ ਵੀ ਕਹਿ ਦਿੰਦੇ ਆ ਇਹ ਪੰਜ ਆ ਰਾਗੀ ਰਾਗੀ ਵੀ ਇਹਨੂੰ ਕਹਿੰਦੇ ਆ ਹਾਂ ਜੀ ਇਹਦਾ ਨਾਮ ਰਾਗੀ ਆ ਇਹ ਸੋਣੀ ਰੋਟੀ ਦੀ ਫਸਲ ਆ ਔਰ 10 ਸਵਾ 10 ਮਹੀਨੇ ਇਹ ਪੱਕਣ ਤੇ ਲੈਂਦੀ ਆ ਕਦੋਂ ਬਜਾਈ ਦਾ ਸਮਾਂ ਸਹੀ ਕੀ ਹੈਗਾ ਇਹਦਾ ਬਜਾਈ ਦਾ ਜੀ ਅਸਲ ਜਦੋਂ ਆਪਾਂ ਬਾਸਪਤੀ ਲਾਉਨੇ ਆ ਉਹਦੇ ਨਾਲ ਜਈ ਆ ਬਾਸਮਤੀ ਪਾਣੀ ਬਾਸਮਤੀ ਨੂੰ ਪਾਣੀ ਤਾਂ ਬਹੁਤ ਚਾਹੀਦਾ ਹੈ ਤੇ ਇਹ ਰਾਗੀ ਨੂੰ ਪਾਣੀ ਕਿੰਨਾ ਟੱਪ ਪਾਣੀ ਚਾਹੀਦਾ ਜੀ ਇਹਨੂੰ ਤਾਂ ਬਰਾਨੇ ਵੀ ਆਪਾਂ ਬੀਜ ਸਕਦੇ ਹਾਂ ਔਰ ਜੇ ਥੋੜਾ ਬਾਲਾ ਪਾਣੀ ਖੜ ਵੀ ਗਿਆ ਤਾਂ ਇਹ ਮਰਦੀ ਵੀ ਨਹੀਂ ਇਹ ਕੇ ਮੱਡਲ ਰਾਗੀ ਇੱਕੋ ਹੀ ਨਾਮ ਹੈਗਾ ਹਾਂਜੀ ਔਰ ਇਹਨੂੰ ਇਦਾਂ ਕਰਕੇ ਤੁਸੀਂ ਸੁਕਾ ਲੈਂਦੇ ਹੋ ਫਿਰ ਹਾਂ ਇਹਨੂੰ ਸੁਕਾ ਕੇ ਕੁੱਟ ਕੇ ਤੇਦਾ ਬੀ ਅਲੱਗ ਕਰਕੇ ਇਹਦੇ ਉੱਤੇ ਨਾ ਥੋੜਾ ਜਿਹਾ ਛਿਲਕਾ ਹੈ ਉਹਨੂੰ ਲਾਉਣਾ ਪੈਂਦਾ ਉਹ ਛਿਲਕਾ ਲਾ ਕੇ ਫਿਰ ਅਸੀਂ ਇਹਨੂੰ ਖਾਣ ਦੇ ਯੂਜ਼ ਕਰ ਸਕਦੇ ਹਾਂ ਪੁੱਲਰ ਸਾਹਿਬ ਤੁਸੀਂ ਤਾਂ ਕਾਫੀ ਸਮੇਂ ਤੋਂ ਖੇਤੀ ਕਰਦੇ ਹੋ ਇਹ ਪੰਜ ਜਿਹੜੇ ਅਨਾਜ ਹੈ ਮਿਲਟ ਰਾਗੀ ਕੋਧਰਾ ਕਟਕੀ ਸਵਾਂਕ ਕੰਗਣੀ ਕੰਗਣੀ ਛੋਟੀ ਕੰਗਣੀ ਹਰੀ ਕੰਗਣੀ 골ਡਨ ਕੰਗਣੀ ਹਾਂ ਜੀ ਇਹ ਕਣਕ ਤੇ ਚਾਵਲ ਨਾਲੋਂ ਕਿਵੇਂ ਫਰਕ ਹੈਗਾ ਇਹਦੇ ਵਿੱਚ ਅਸਲ ਜਿਹੜਿਆ ਕਾਰਨ ਆ ਨਾ ਜੀ ਜਦੋਂ ਕੁਦਰਤ ਦੀ ਅਸੀਂ ਲੰਘਣਾ ਕਰਾਂਗੇ ਤਾਂ ਉਹਦੇ ਵਿੱਚੋਂ ਕੁਦਰਤੀ ਗੁਣ ਖਤਮ ਹੋ ਜਾਂਦੇ ਆ ਇਹਨਾਂ ਅਨਾਜਾਂ 'ਚ ਹਲੇ ਤੱਕ ਕੁਦਰਤ ਦੀ ਲੰਘਣਾ ਨਹੀਂ ਕੀਤੀ ਹੋਈ ਜੋ ਕੁਦਰਤ ਨੇ ਇਹਨਾਂ ਨੂੰ ਗੁਣ ਦਿੱਤੇ ਆ ਇਹਦੇ ਵਿੱਚ ਤਾਂ ਕਰਕੇ ਸਾਰੇ ਗੁਣ ਹੈਗੇ ਆ ਤੇ ਜਦੋਂ ਆਪਾਂ ਸਾਇੰਸ ਜਾਂ ਗੈਨਲਗੀ ਉਹਦੇ ਵਿੱਚ ਆਪਾਂ ਫੇਰ ਬਦਲ ਕਰਦੇ ਆ ਕੋਈ ਕੁਦਰਤੀ ਸਿਸਟਮ ਦੇ ਤੇ ਉਹਦੇ ਵਿੱਚੋਂ ਕੁਦਰਤੀ ਗੁਣ ਸਾਰੇ ਖਤਮ ਹੋ ਜਾਂਦੇ ਇਸ ਕਰਕੇ ਜਿਹੜੀ ਹੁਣ ਕਣਕ ਝੋਨਾ ਇਹਦੇ ਵਿੱਚ ਸਾਇੰਸ ਗੈਨ ਲੋ ਜਾਂ ਕੁਦਰਤ ਦੀ ਲੰਗਣਾ ਕਰਕੇ ਇਹ ਬੀਜ ਤਿਆਰ ਕਰ ਲਏ ਅਸੀਂ ਪਰ ਇਹਦੇ ਵਿੱਚ ਕੁਦਰਤੀ ਗੁਣ ਖਤਮ ਹੋ ਗਏ ਕਣਕ ਨੂੰ ਕਣਕ ਨੂੰ ਤਾਂ ਵੈਸੇ ਵੀ ਹੁਣ ਡਾਕਟਰ ਵੀ ਕਹਿਣ ਲੱਗ ਪਏ ਡਾਕਟਰ ਖਾਦਰ ਬੜੀ ਵੀ ਇਹ ਗੱਲ ਤੇ ਜ਼ੋਰ ਦਿੰਦੇ ਡਾਕਟਰ ਅਮਰ ਸਿੰਘ ਆਯਾਦ ਵੀ ਇਸ ਗੱਲ ਤੇ ਜ਼ੋਰ ਦਿੰਦੇ ਆ ਖੇਤੀ ਵਿਰਾਸਤ ਮਿਸ਼ਨ ਦੇ ਉਮੇਂਦਰ ਦੱਤ ਵੀ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਜਿਹੜੀ ਕਣਕ ਹੈ ਉਹਦੇ ਵਿੱਚ 슈ਗਰ ਬਹੁਤ ਜ਼ਿਆਦਾ ਹੈਗੀ ਹੈ ਔਰ ਜਿਹੜੀ ਮੱਢਲ ਹੈ ਇਹਦੇ ਵਿੱਚ ਕਹਿੰਦੇ 슈ਗਰ ਘੱਟ ਹੈਗੀ ਔਰ ਤੁਹਾਨੂੰ ਜਿਹੜੀ એનર્ਜੀ ਲੈਵਲ ਹੈ ਤੁਹਾਡੀ ਬਾਡੀ ਨੂੰ ਉਹ ਹੌਲੀ-ਹੌਲੀ ਦਿੰਦੀ ਹੈ ਇਸ ਤਰ੍ਹਾਂ ਇਹ ਇਹ ਨਾ ਆਪਾਂ ਕਣਕ ਦੇ ਮੁਕਾਬਲੇ ਇਹ ਉਨੀ ਜ਼ਿਆਦਾ ਖਾਧੀ ਵੀ ਨਹੀਂ ਜਾ ਸਕਦੀ ਇਹਦੇ ਵਿੱਚ ਨਿਊਟ੍ਰੀਸ਼ਨ ਪਾਵਰ ਜ਼ਿਆਦਾ ਹੋਣ ਕਰਕੇ ਆਪਾਂ ਜਿਵੇਂ ਕਣਕੜੀਆਂ ਜ਼ਿਆਦਾ ਰੋਟੀਆਂ ਖਾ ਲੈਣੇ ਇਹ ਆ ਹੀ ਨਹੀਂ ਖਾਦੀ ਜਾ ਸਕਦੀ ਤੇ ਇਹ ਜਦੋਂ ਆਪਾਂ ਯੂਜ਼ ਕਰਾਂਗੇ ਤੇ ਸਰੀਰ ਨੂੰ ਆਪਣੇ ਨਿਊਟ੍ਰੀਸ਼ਨ ਪਾਵਰ ਪੂਰੀ ਮਿਲੂਗੀ એનર્ਜੀ ਪੂਰੀ ਮਿਲੂਗੀ ਇਹਦੇ ਵਿੱਚ 슈ਗਰ ਵਗੈਰਾ ਵਾਲੇ ਮਰੀਜ਼ਾਂ ਆਸਤੇ ਬਹੁਤ ਵਧੀਆ ਚੀਜ਼ ਆ ਕੋਈ ਦਵਾਈ ਲੈਣ ਦੀ ਲੋੜ ਨਹੀਂ ਜੇ ਤੁਸੀਂ ਇਹ ਪੰਜਾਂ ਅਨਾਜਾਂ ਚੋਂ ਯੂਜ਼ ਕਰਦੇ ਆ ਰਾਗੀ ਆਪਣੀ ਫਸਲ ਬਣ ਗਈ ਹੈ ਆਪਾਂ ਬੀਜ ਸਕਦੇ ਆ ਮੌਸਮ ਦੇ ਅਕਨ ਸਾਨੂੰ ਇਹ 3 ਸਾਲ ਹੋ ਗਏ ਜੀ ਬੀਜ ਦੇਣ ਐ ਕਿ ਤੀਜਾ ਸਾਲ ਆ ਕਿ ਅਸੀਂ ਹਰ ਸਾਲ ਥੋੜਾ ਥੋੜਾ ਸਾਰੇ ਅਨਾਜ ਬੀਜਦੇ ਆ ਇਹ ਤੇ ਤਕਰੀਬਨ ਆਪ ਦੇ ਖਾਣ ਵਾਸਤੇ ਇਹ ਬਜਾਈ ਕਣਕ ਵਾਂਗੂ ਕਰਦੇ ਹੋਂ ਕਿ ਛੱਟਾ ਦਿੰਦੇ ਹੋ ਜਾਂ ਜਿਵੇਂ ਕਰਦੇ ਆਂ ਅਸੀਂ ਇਹਨਾਂ ਦੀ ਪਨੀਰੀ ਆਗਾ ਕੇ ਤੇ ਫੇਰ ਇਹਨੂੰ ਲਾਉਂਦੇ ਆਂ ਬਰਦੀ ਵੀ ਪ੍ਰੋਬਲਮ ਆਉਂਦੀ ਹੋਣੀ ਹੈ ਕਿ ਨਹੀਂ ਆਉਂਦੀ ਇਹ ਬਰਦੀ ਇੰਨੀ ਜੇ ਤਾਂ ਆਪਾਂ ਵੱਡੇ ਲੈਵਲ ਤੇ ਕੰਮ ਕਰਦੇ ਆਂ ਫਿਰ ਤਾਂ ਥੋੜੀ ਸਮੱਸਿਆ ਆ ਸਕਦੀ ਆ ਪਰ ਅਸੀਂ ਆਪਦੇ ਖਾਨ ਜੋਗਰਾ ਥੋੜਾ ਕੋਈ ਕਨਾਲ ਡੇਡ ਕਨਾਲ ਥਾਂ ਜਾਂ ਡੋਕ ਨਾਲਾਂ ਥਾਈ ਵੀ ਡੇ ਹੁੰਨੇ ਆ ਉਹਨੇਕ ਟੇਟਾ ਲਈ ਬਰਦੀ ਕੋਈ ਐਡੀ ਸਮੱਸਿਆ ਨਹੀਂ ਆ ਰਹੀ ਇਹ ਪੱਕਦਾ ਨਹੀਂ ਇੱਕ ਸਾਲ ਇਹਨੂੰ ਵਾਰ-ਵਾਰ 2-3 ਵਾਰੀਆਂ ਚ ਸਟੇ ਦੇ ਡੂੰਘਨੇ ਪੈਂਦੇ ਜੇ ਆਪਾਂ ਨਹੀਂ ਡੂੰਘਦੇ ਤਾਂ ਜਿਹੜੇ ਪਹਿਲਾਂ ਪੱਕੇ ਸਿੱਟੇ ਆ ਉਹ ਡਾਣੇ ਚੜ ਜਾਂਦੇ ਆ ਨਰਮੇ ਚੱਪਾ ਕਹਿੰਦੇ ਪਹਿਲੀ ਚੌਣੀ ਦੂਜੀ ਚੌਣੀ ਤੀਜੀ ਚੌਣੀ ਹਾਂ ਹਾਂ ਇਹਦਾ ਮਤਲਬ 2 ਤੋਂ 3 ਵਾਰੀ ਠੋਨੂ ਇਹ ਸਿੱਟੇ ਡੁੰਮਣੇ ਪੈਣਗੇ ਫਿਰ ਇਹ ਨਈਟਾ ਉਹ ਜਿਹੜਾ ਪਹਿਲਾਂ ਪੱਕ ਗਿਆ ਸਿੱਟਾ ਉਹ ਚੜ ਜਾਂਦਾ ਵੀ ਇੱਕ ਬਲਰ ਸਾਹਿਬ ਦੱਸਿਆ ਮੈਨੂੰ ਇਹਨੂੰ ਇਹਦੇ ਉੱਪਰੋਂ ਛਿਲਕਾ ਲਾਉਣ ਦੇ ਲਈ ਜਦੋਂ ਆਟਾ ਬਣਾਉਣੇ ਉਹਨੂੰ ਉਹਨੂੰ ਵਿੱਚੇ ਪੀਸ ਦਿੰਨੇ ਹੋ ਜਾਂ ਕਿੱਦਾਂ ਹੁੰਦਾ ਹੈ ਨਹੀਂ ਜੀ ਇਹਨੂੰ ਜਦੋਂ ਪਹਿਲਾਂ ਤਾਂ ਇਹਨੂੰ ਕੁੱਟ ਕੇ ਕੱਢ ਕੇ ਦੋ ਤਰੀਕੇ ਆ ਜਿਹੜਾ ਉਹ ਛਿਲਕਾ ਲਾਉਣ ਦੇ ਇੱਕ ਤਾਂ ਜਿਵੇਂ ਆਪਾਂ ਪਹਿਲਾਂ ਬੱਕਲੀਆਂ ਕੁੱਟ ਦੇਂਦੇ ਸਾਂ ਉਖਲੀ ਚ ਹਾਂ ਉੰ ਵੀ ਆਪਾਂ ਇਹਨੂੰ ਕੁੱਟ ਕੇ ਛਿਲਕਾ ਲਾ ਸਕਦੇ ਆਮ ਜਿਸ ਤਰ੍ਹਾਂ ਵੀ ਕਈ ਕਹਿ ਦਿੰਦੇ ਹਾਂ ਆਮ ਦਾਸ਼ਟਾ ਤਾਂ ਕਰੜੀ ਚੀਜ਼ ਆ ਛਿੰਦਾ ਨਾ ਆਮ ਪਹਿਲਾਂ ਆਪਾਂ ਪੱਕਦਾ ਹੁੰਦਾ ਸੀ ਉਹ ਨਹੀਂ ਐ ਉਹ ਬਣੀ ਹੁੰਦੀ ਸੀ ਉਖਲੀ ਜੀ ਤੇ ਇੱਕ ਮੂਲੀ ਹੁੰਦੀ ਸੀ ਕੀ ਤੇ ਉਹ ਛੋਲਿਆਂ ਦੀਆਂ ਜਿਹੜੀਆਂ ਆਪਾਂ ਪਸ਼ੂਆਂ ਨੂੰ ਰੰਨ ਕੇ ਬੱਕਲੀਆਂ ਪਾਉਂਦੇ ਸਾਂ ਉਹਨਾਂ ਨੂੰ ਕੁੱਟ ਕੇ ਪਾਉਂਦੇ ਹੁੰਦੇ ਸਾਂ ਉਹ ਵੀ ਲਾਈ ਜਾ ਸਕਦੀ ਆ ਜਾਂ ਜਿਹੜਾ ਮਾਲ ਆਪਾਂ ਜਵੇਂ ਝੋਨੇ ਤੋਂ ਛਿਲਕਾ ਲਾਉਣਿਆਂ ਮਸ਼ੀਨਾਂ ਚ ਉਹਨਾਂ ਦੇ ਵਿੱਚ ਵੀ ਇਹ ਥੋੜਾ ਜਿਹਾ ਜ਼ਿਆਦਾ ਉਹਦਾ ਕਪੈਸਿਟੀ ਨੂੰ ਵਧਾ ਕੇ ਤੇ ਉਹਨੂੰ ਮਸਲ ਕੇ ਵੀ ਲਾ ਸਕਦੇ ਜਿਵੇਂ ਕਹਿੰਦੇ ਝੋਨਾ ਛੜਾਈ ਕਰਾ ਲਈ ਆਪਾਂ ਹਾਂ 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 ਬਸ ਉਹੀ ਤਰੀਕਾ ਹੈ ਇਹ ਅਸੀਂ ਕੁਟਕੀ ਦੀ ਗੱਲ ਕਰ ਲਈ ਮੱਡਲ ਦੀ ਹੁਣ ਹੋਰ ਆਪਣੇ ਕੋਲ ਕਿਹੜੀ ਚੀਜ਼ ਹੈ ਇਹਦੇ ਚ ਰਾਗੀ ਵੀ ਹੈਗੀ ਰਾਗੀ ਰਾਗੀ ਤਾਂ ਹੀ ਹੋਗੀ ਰਾਗੀ ਇਹ ਹੋਗੀ ਮੱਡਲ ਇਹਨੂੰ ਰਾਗੀ ਤੇ ਮੱਡਲ ਇੱਕੋ ਹੀ ਨਾਂ ਹੈਗਾ ਹਾਂ ਮੱਡਲ ਇਹਨਾਂ ਨੂੰ ਸਾਰਿਆਂ ਨੂੰ ਪੰਜਾਨਾ ਅਜਾ ਨੂੰ ਮੱਡਲ ਹੀ ਬੋਲਦੇ ਆ ਜਿਹੜਾ ਇਹ ਲਾਜ ਮੱਡੜਾ ਐ ਇਸ ਹੌਸ ਦਾ। ਹੋਰ ਕੀ ਆਪਣੇ ਕੋਲੇ? ਹੋਰ ਆ ਆਪਣੇ ਕੋਲੇ ਹਰੀ ਕੰਗਣੀ ਆ ਜੀ। ਕਟਕੀ ਆ। ਹੁਣ ਆਪਾਂ ਹਰੀ ਕੰਗ ਹਰੀ ਕੰਗਣੀ ਦੀ ਗੱਲ ਕਰਦੇ ਹਾਂ। ਐਡਾ ਸਿੱਟਾ ਜਿਵੇਂ ਉਹ ਚਿੜੀਆਂ ਵਾਲਾ ਬਾਜਰਾ ਜਾਂ ਹੁੰਦਾ ਐ ਇਸ ਟਾਈਪ ਦਾ ਐ। ਆ ਮੇਰੇ ਹੱਥ 'ਚ। ਆ ਮੇਰੇ ਹੱਥ 'ਚ ਜਿਹੜੇ ਆ। ਇਹ ਬੀ ਆਇਡ ਆ ਜੀ। ਅੱਛਾ। ਇਹ ਇਹਨੂੰ ਵੀ ਐ ਮਰਸੜ ਕੇ ਨਾ ਆਪਾਂ ਐ। ਆ ਵੇਖੋ। ਆਇਡ ਤੋਂ ਸ਼ੂਲਕ ਲੈ ਗਿਆ ਜੀ। ਆ ਆ ਆ ਬੀਐਸਰ ਨਿਕਲਿਆ ਹਾਂ ਇਹ ਮੂੰਗੀ ਦੇ ਦਾਣੇ ਤੋਂ ਛੋਟਾ ਘਟ ਹਾਂ ਬਾਜਰੇ ਦੇ ਦਾਣੇ ਤੋਂ ਵੀ ਥੋੜਾ ਜਿਹਾ ਬਰੀਕ ਆ ਜੀ ਇਹ ਇਹ ਕਹੇ ਕਿ ਆ ਖਾਣ ਦੇ ਯੋਗ ਆ ਜੀ ਇਹ ਸਿੱਧੀ ਖਾ ਸਕਦੇ ਆ ਹਾਂ ਇਹਨੂੰ ਆਪਾਂ 5-4 ਘੰਟੇ ਭਿਉਂ ਕੇ ਮੋੜ ਕੇ ਖਿਚੜੀ ਆਂਗੂ ਰੰਨ ਕੇ ਤੇ ਉਹਦੇ ਵਿੱਚ ਆਪਾਂ ਦਹੀਂ ਸਬਜ਼ੀ ਕੋਈ ਚੀਜ਼ ਵੀ ਰਲਾ ਕੇ ਉਹਨੂੰ ਆਪਾਂ ਖਿਚੜੀ ਮੰਗੂ ਵੀ ਖਾ ਸਕਦੇ ਆ ਇਹਨਾਂ ਅਨਾਜਾਂ ਨੂੰ ਆਪਾਂ ਜਿਵੇਂ ਬਾਜਰੇ ਦੀਆਂ ਖਿੱਲਾਂ ਭੁੰਨ ਕੇ ਪਿੰਨੀਆਂ ਬਣਾ ਲੈਂਦੇ ਸਾਂ ਉਵੇਂ ਵੀ ਬਣਾਈਆਂ ਜਾ ਸਕਦੀਆਂ ਇਹਨੂੰ ਥੋੜਾ ਜਿਹਾ ਦਰੜਫੜੜ ਕਰਕੇ ਤੇ ਆ ਆਪਾਂ ਉਸ ਨੂੰ ਵੀ ਖਾ ਸਕਦੇ ਹਾਂ ਫਿਰ ਇਹਦਾ ਥੋੜਾ ਬਰੀਕ ਤਾਂ ਨਹੀਂ ਕਹਿ ਸਕਦੇ ਆਪਾਂ ਆਟਾ ਬਣਾ ਕੇ ਤੇ ਇਹਦੇ ਬਿਸਕੁਟ ਵਗੈਰਾ ਜਾਂ ਇਹੋ ਜਿਹੀਆਂ ਚੀਜ਼ਾਂ ਹੋਰ ਵੀ ਕਈ ਆਪਾਂ ਇਹ ਨੂੰ ਖਾ ਸਕਦੇ ਆ ਬਣਾ ਕੇ ਇਹ ਹਰੀ ਕੰਗਣੀ ਤੇ ਇੱਕ ਹੁੰਦੀ ਹੈ ਸਨੇਰੀ ਕੰਗਣੀ 골ਡਨ ਕੰਗਣੀ ਉਹਨਾਂ ਦਾ ਫਰਕ ਕੀ ਹੈਗਾ ਹਾਂਜੀ ਇਹਨਾਂ ਦਾ ਥੋੜਾ ਆ ਆ ਆ ਆਦਿਸ਼ ਵਿੱਚ ਜਿਹੜੀ ਹਰੀ ਕੰਗਣੀ ਆ ਉਹਦੇ ਚੋਂ ਦਾਣਿਆਂ ਚੋਂ ਥੋੜੀ ਜਿਹੀ ਹਰੀ ਭਾ ਮਾਰਦੀ ਆ ਜਿਹੜੀ ਸਨੇਰੀ ਕੰਗਣੀ ਆ ਜਾਂ ਕੰਗਣੀ ਕੱਲੀ ਵੀ ਕਹਿ ਦਿੰਦੇ ਆ ਉਹਦੇ ਦਾਣੇ ਥੋੜੇ ਜੇ ਸਨੇਰੀ ਪੰਚ ਹੁੰਦੇ ਆ ਇਹਦੇ ਹਰੇ ਪੰਚ ਹੁੰਦੇ ਆ ਇਨਾ ਫਰਕ ਆਇਆ। ਪੁਲਤ ਸਾਬ ਹੁਣ ਤੱਕ ਤਾਂ ਇਹ ਜਿਹੜੀਆਂ ਫਸਲਾਂ ਹੈਗੀਆਂ ਕਟਕੀ, ਰਾਗੀ, ਸਵਾਂਕ, ਕੋਧਰਾ, ਜਵਾਰ ਵੀ ਅਸੀਂ ਤਾਮਲ ਲੱਡੂ ਚ ਹੀ ਮੰਗਾਉਂਦੇ ਰਹੇ ਹਾਂ। ਹਾਂਜੀ ਪੰਜਾਬ ਦੇ ਵਿੱਚ ਕਿੰਨਾ ਕੁ ਫਲੋ ਵਧਿਆ ਕਿੰਨਾ ਕੁ ਲੋਕਾਂ ਵੱਲ ਤੁਹਾਡੇ ਵਰਗੇ ਲੋਕ ਜਿਹੜੇ ਨੇ ਉਹ ਇਸ ਵੱਲ ਮੁੜੇ ਐ ਤੇ ਮਾਰਕੀਟਿੰਗ ਦੀ ਕਿੰਨੀ ਕੁ ਸਮੱਸਿਆ ਹੈਗੀ? ਜੀ ਆਸਾਲਾ ਸਾਨੂੰ 10 ਸਾਲ ਹੋਏ ਆ ਜੀ ਸ਼ੁਰੂ ਕੀਤੇ ਨੂੰ। ਤੇ ਸਾਥੋਂ ਐ ਕਿ ਅਸੀਂ ਪਨੀਰੀਆਂ ਵੀ ਲੋਕਾਂ ਨੂੰ ਫਿਰ ਹੀ ਵੰਡੀਆਂ ਸੀਆਂ। ਜਿਵੇਂ ਜਿਵੇਂ ਅ ਨੈਟ ਦੇ ਜਰੀਏ ਦੱਸ ਕੇ ਗਾਂ ਹੌਲੀ ਹੌਲੀ ਲੋਕ ਜਿਨ੍ਹਾਂ ਨੂੰ ਕੋਈ ਸਮੱਸਿਆ ਹੈ ਗੀਆਂ ਜਿਵੇਂ ਕਿਸੇ ਨੂੰ ਚਮੜੀ ਦੀ ਕੋਈ ਸਮੱਸਿਆ ਕਿਸੇ ਨੂੰ ਪੇਟ ਦੀ ਸਮੱਸਿਆ ਕਿਸੇ ਨੂੰ ਸ਼ੂਗਰ ਦੀ ਸਮੱਸਿਆ ਉਹ ਅ ਅਮਰੀਜ ਇਹਨੂੰ ਲਗਾਤਾਰ ਖਾਂਦੇ ਆ ਤਾਂ ਇਹ ਸਮੱਸਿਆ ਤੋਂ ਉਹਨਾਂ ਨੂੰ ਨਜਾਤ ਮਿਲਦੀ ਆ ਕੋਈ ਦਵਾਈ ਲੈਣ ਦੀ ਲੋੜ ਨਹੀਂ ਕਹਿੰਦਾ ਭਾਵ ਹੈ ਵੀ ਜਿਹੜੇ ਪੰਜ ਅਨਾਜ ਹੈ ਇਹ ਤੁਸੀਂ ਕਣਕ ਛੋਨੇ ਦੇ ਬਦਲ ਵਜੋਂ ਬੀਜ ਰਹੇ ਹੋ ਤੇ ਲੋਕਾਂ ਨੂੰ ਦੱਸਣੇ ਹੋ ਇਹਦੇ ਬਾਰੇ ਅ ਬੱਦਲ ਬੰਨੋਂ ਵੀ ਬੀਜ ਰਹੇ ਆ ਤੇ ਕੁਝ ਅਸੀਂ ਆਪ ਦੀ ਸੇਟ ਪੱਖੋਂ ਅ ਅ ਖਾਣ ਵਾਸਤੇ ਜ਼ਿਆਦਾ ਕਰਕੇ ਅਸੀਂ ਆਪ ਦੇ ਘਰੇਲੂ ਬਾਟੋਂ ਖਾ ਕੇ ਤਜਰਬਾ ਕਰਕੇ ਵੇਖਣ ਦੀ ਖਾਤਰ ਵੀ ਬੀਜਦੇ ਆ ਔਰ ਇਹ ਥੋੜਾ ਜਿਹਾ ਖੁਸ਼ਕ ਇਰਗੇ ਦੀ ਫਸਲ ਆ ਸਾਡੇ ਥੋੜਾ ਸੇਮ ਦੀ ਸਮੱਸਿਆ ਇਸ ਕਰਕੇ ਅਸੀਂ ਬਾਹਲੇ ਵੱਡੇ ਲੈਬਲ ਤੇ ਤਾਂ ਨਹੀਂ ਬੀਜਦੇਗੇ ਵੀ ਇਹ ਬਾਰਿਸ਼ਾਂ ਨਾਲ ਆ ਪਾਣੀ ਜੇਡੋ ਖੜ ਜਾਂਦਾ ਹੈ ਉਹਨੂੰ ਸਾਨੂੰ ਸਮੱਸਿਆ ਆਉਂਦੀ ਹੈ ਕਿ ਅਸਲ ਇਹ ਖੁਸ਼ਕੀਰ ਗੇੜੀਆਂ ਫਸਲਾਂ ਪਾਣੀ ਨਾਲ ਆ ਤਿਆਰ ਹੋ ਜਾਂਦੀਆਂ ਜੇ ਇੱਕ ਦੋ ਬਾਰਸ਼ਾਂ ਵੀ ਹੋ ਜਾਂ ਤਾਂ ਵੀ ਇਕੱਲੀ ਬਾਰਿਸ਼ ਤੇ ਵੀ ਹੋ ਜਾਂਦੀ ਕਿਹਨ ਦਾ ਭਾਵੇਂ ਵੇਖੀ ਜਿਵੇਂ ਹੁਣ ਪਾਣੀ ਦਾ ਲੈਵਲ ਘਟ ਰਿਹਾ ਪੰਜਾਬ ਦੇ ਵਿੱਚ ਵੀ ਅਸੀਂ ਡਾਰਕ ਜਨੋ ਵੱਧ ਰਹੇ ਹਾਂ ਹਾਂਜੀ ਪਾਣੀ ਕਿਵੇਂ ਝੋਨਾ ਅਸੀਂ ਐਕਸਪੋਰਟ ਕਰਦੇ ਹਾਂ ਤਾਂ ਪਾਣੀ ਐਕਸਪੋਰਟ ਕਰ ਰਹੇ ਹਾਂ ਉਦੋਂ ਬਦਲ ਵਜੋਂ ਇਹ ਫਸਲਾਂ ਸਾਡੇ ਕੋਲੇ ਮੌਜੂਦ ਹੈਗੀਆਂ ਤੇ ਉਹਦਾ ਤਜਰਬਾ ਤੁਹਾਡੇ ਲਈ ਕਿੰਨਾ ਸਾਰਥਕ ਹੈ ਇਹ 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 ਡਿਮਾਂਡ ਹੁਣ ਇੰਨੀ ਜ਼ਿਆਦਾ ਹੈ ਵੀ ਇਹ ਸਾਰੀ ਲੋਕ ਜਿਵੇਂ ਜਿਵੇਂ ਡਾਕਟਰ ਸਾਹਿਬਾਂ ਨੇ ਖਾਦਰ ਬਲੀ ਸਾਹਿਬਾ ਜਾਂ ਡਾਕਟਰ ਅਮਰ ਯਾਦਾ ਜਾਂ ਵਿਸ਼ਵਚੋੜੀ ਯਾ ਸਾਇੰਸ ਵਿਸ਼ਵ ਰੂਪ ਹਾਂ ਵਿਸ਼ਵ ਰੂਪ ਆ ਉਹਨਾਂ ਨੇ ਲੋਕਾਂ ਨੂੰ ਥੋੜਾ ਜਿਹਾ ਜਾਗਰੂਕ ਕਰਨੇ ਕਰਕੇ ਹਾਂ ਕਿ ਥੋੜਾ ਲੋਕਾਂ ਚ ਰੁਝਾਨ ਬਣਿਆ ਹੈ ਹੁਣ ਥੋੜਾ ਥੋੜਾ ਲੋਕ ਆ ਇਸ ਪਾਸੇ ਮੁੜੇ ਆ ਅ ਸਮਝ ਲਓ ਵੀ 1 ਸਾਲ ਹੋਇਆ ਹਲੇ ਸਾਨੂੰ ਤਾਂ ਭਲਾਂ ਹੀ 3 ਸਾਲ ਹੋ ਗਏ ਅਸੀਂ ਆਰਗੈਨਿਕ ਖੇਤੀ ਦਾ ਕੰਮ ਕਰਦੇ ਕਰਕੇ ਪਰ ਆਮ ਲੋਕਾਂ ਨੂੰ 1 ਸਾਲ ਕੀ ਹੋਇਆ ਪੱਟਾ ਲੱਗੇ ਹੁਣ ਆਪਾਂ ਕਟਕੀ ਦੀ ਗੱਲ ਕਰ ਲਈਏ ਹਾਂਜੀ ਇਹ ਹਰੀ ਕੰਗਣੀ ਸੀਗੀ ਹਾਂਜੀ ਹੁਣ ਕਟਕੀ ਦੀ ਮੇਰੇ ਕੋਲੇ ਕਟਕੀ ਦਾ ਜਿਹੜਾ ਕੱਢਿਆ ਹੋਇਆ ਆਪਾਂ ਕਹਿ ਸਕਦੇ ਆ ਬੀਜ ਬੀਜ ਹੈਗਾ ਹਨਾ ਹਾਂਜੀ ਭਲੋ ਸਾਹਿਬ ਇਹਦਾ ਦੱਸਿਓ ਕਟਕੀ ਦਾ ਇਹਦਾ ਕੀ ਫਾਇਦਾ ਹੈ ਇਹ ਈ ਈ ਇੱਕ ਅਨਾਜ ਹੀ ਆ ਜੀ ਪ੍ਰਾਣਾ ਅ ਮੱਢਣਾ ਕੀ ਇਹ ਆਉਂਦਾ ਹੈ ਤੇ ਉਸੇ ਤਰ੍ਹਾਂ ਇਹਨੂੰ ਵੀ ਆਪਾਂ ਖਿਚੜੀ ਦੇ ਰੂਪ ਚ ਦਲੀਏ ਦੇ ਰੂਪ ਚ ਦੇ ਬਿਸਕੁਟ ਵਰਗਾ ਇਹਦੇ ਆਪਾਂ ਤਿਆਰ ਕਰ ਸਕਦੇ ਆ ਖਾ ਸਕਦੇ ਆ ਇਹਦੇ ਵਿੱਚ ਵੀ ਨਿਊਟ੍ਰੀਸ਼ਨ ਪਾਵਰ ਉਹਨਾਂ ਦੇ ਮੁਕਾਬਲੇ ਇਹਨਾਂ ਨੂੰ ਬਦਲ-ਬਦਲ ਕੇ ਖਾਣਾ ਪੈਂਦਾ ਦੋ ਚਾਰ ਦਿਨ ਉਹ ਅਨਾਜ ਖਾਓ ਦੋ ਤਿੰਨ ਦਿਨ ਉਹ ਅਨਾਜ ਖਾਓ ਐ ਬਦਲ-ਬਦਲ ਕੇ ਖਾਣ ਨਾਲ ਜਿਆਦਾ ਵਧੀਆ ਤੁਹਾਨੂੰ ਨਿਊਟ੍ਰੀਸ਼ਨ ਪਾਵਰ ਮਿਲੂਗੀ ਸਰੀਰ ਨੂੰ ਔਰ ਜਿਹੜੀਆਂ ਨਿੱਕੀਆਂ ਮੂਟੀਆਂ ਬਿਮਾਰੀਆਂ ਉਹ ਤਾਂ ਇਹਨਾਂ ਦੇ ਖਾਣ ਨਾਲ ਆਟੋਮੈਟਿਕੀ ਘਟਮ ਹੋ ਜਾਣਗੇ। ਇਹ ਪੁੱਲਰ ਸਾਹਿਬ ਕਿੰਨੇ ਕ ਲੋਕ ਤੁਹਾਡੇ ਤੋਂ ਡਿਮਾਂਡ ਕਰ ਰਹੇ ਆ ਵੀ ਸਾਨੂੰ ਇਹਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸਿਓ ਬਿਸਕੁਟ ਬਣਾ ਲਓ ਜਾਂ ਆਟਾ ਬਣਾ ਲਓ ਜਾਂ ਪੰਜੀਰੀ ਹਾਂ ਪੰਜੀਰੀ ਵੀ ਇਹਦੀ ਬਣਾਈ ਜਾ ਸਕਦੀ ਆ ਪਰ ਜਿਹੜੀ ਇਹਦੀ ਰੋਟੀ ਆ ਨਾ ਜੀ ਉਹ ਬਾਲੀ ਵੱਡੀ ਨਹੀਂ ਬਣਦੀ ਕਣਕ ਦੀ ਰੋਟੀ ਵਾਂਗੂ ਛੋਟੀ ਰੋਟੀ ਬਣਦੀ ਆ ਔਰ ਥੋੜੀ ਜੀ ਮੱਠੀ ਅੱਗ ਤੇ ਤਿਆਰ ਕਰਨੀ ਪੈਂਦੀ ਆ ਤੇ ਉਸ ਦਾ ਕਾਰਨ ਇਹ ਥੋੜਾ ਮਾਲਾ ਜਿਹੜੀਆਂ ਨਵੀਆਂ ਲੜਕੀਆਂ ਉਹਨਾਂ ਨੂੰ ਕਈ ਵਾਰੀ ਨਹੀਂ ਵੀ ਸੂਟ ਆਉਂਦਾ ਜਿਹੜੀਆਂ ਪ੍ਰਾਣੀਆਂ ਬੁੜੀਆਂ ਉਹ ਤਾਂ ਤਕਰੀਬਨ ਰੋਟੀ ਜਿਵੇਂ ਜਿਹੜੀਆਂ ਬਾਜਰੇ ਵਗੈਰਾ ਮੱਕੀ ਦਾ ਰੋਟੀ ਪਕਾ ਲੈਣੀਆਂ ਉਹ ਤਕਰੀਬਨ ਬੁੜੀਆਂ ਸਾਰੀਆਂ ਹੀ ਇਹ ਰੋਟੀ ਪਕਾ ਲੈਣੀਆਂ ਪਰ ਜਿਹੜੀਆਂ ਨਵੀਆਂ ਕੁੜੀਆਂ ਅੱਜ ਕੱਲ ਉਹਨਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਥੋੜੀ ਸਮੱਸਿਆ ਆ ਰਹੀ ਹੈ ਜੀ ਦਵਾਈ ਦੇ ਤੌਰ ਤੇ ਲੋਕ ਯੂਜ਼ ਕਰਦੇ ਆ ਤੇ ਡਿਮਾਂਡ ਕਿੰਨੀ ਕੁ ਹੈਗੀ ਹੈ ਜੇ ਤੁਸੀਂ ਤੁਸੀਂ ਦਾ ਕਨਾਲਾਂ ਚ ਬੀਜਦੇ ਹੋ ਹੁਣ ਲੋਕ ਮੁੜੇ ਇੱਧਰ ਨੂੰ ਇੱਕ ਇੱਕ ਕਿੱਲਾ ਲੋਕ ਬੀਜਣ ਤਾਂ ਮਾਰਕੀਟਿੰਗ ਦੀ ਸਮੱਸਿਆ ਹੈਗੀ ਹੈ ਨਹੀਂ ਜੀ ਮਾਰਕੀਟਿੰਗ ਤਾਂ ਪੂਰੀ ਨਹੀਂ ਆ ਰਹੀ ਸਮਾਂ ਦੀ ਜਿੰਨੀ ਵੀ ਇਹ ਕੋਈ 5-7% ਵੀ ਨਹੀਂ ਲੋਕ ਹਲੇ ਇਹਨੂੰ ਬੀਜ ਰਿਹਾ 2-3% ਵਾਂਗੂ ਆ ਬਾਕੀ ਇਹ ਸਾਰੀ ਸੌਸ ਤੋਂ ਹੀ ਮੰਗਾਈ ਜਾਂਦੀ ਹੈ ਉੱਥੋਂ ਦਾ ਫਿਰ ਉਧਰੋਂ ਤਾਂ ਮਹਿੰਗੀ ਵੀ ਆਉਂਦੀ ਹੋਣੀ ਫਿਰ ਆਪਣੇ ਆਪਣੇ ਸਬਕ ਨੂੰ ਇਹ ਘਟੋ ਘਟ 100 150 ਰੁਪਏ ਕਿਲੋ ਤੱਕ ਵੀ ਇਹ ਵਿਕੀ ਜਾ ਰਹੀ ਹੈ ਇਸ ਟਾਈਮ ਤੇ ਕੁਝ ਤਾਂ ਖਰਚਾ ਪੈਣ ਦੇ ਕਾਰਨ ਵੀ ਮਹਿੰਗੀ ਹੋ ਜਾਂਦੀ ਆ ਕੁਝ ਜਿਹੜੀ ਚੀਜ਼ ਦੀ ਡਿਮਾਂਡ ਆ ਜਦੋਂ ਵੱਧ ਜਾਂਦੀ ਆ ਤੇ ਉਹਦੀ ਪ੍ਰੋਡਕਸ਼ਨ ਘਟ ਹੁੰਦੀ ਆ ਉਸ ਦੇ ਕਾਰਨ ਰੇਟ ਥੋੜਾ ਜਿਹਾ ਵੱਧ ਜਾਂਦਾ ਆ ਜੇ ਅਸੀਂ ਆਪਡੇਟ ਲੈਬਲਟੀ ਆਪ ਹੀ ਖਾਣ ਜੋਗਰੀ ਤਿਆਰ ਕਰ ਲਈਏ ਨਾਲੇ ਤਾਂ ਸਾਨੂੰ ਸਸਤੀ ਵੀ ਪਊਗੀ ਔਰ ਉਹਦੀ ਕੁਆਲਿਟੀ ਵੀ ਵਧੀਆ ਹੋਊਗੀ ਇੱਕ ਭੁਲਰ ਸਾਹਿਬ ਕਣਕ ਝੋਨੇ ਦੇ ਬਦਲ ਵਜੋਂ ਜੇ ਆਪਾਂ ਕਮਾਈ ਦਾ ਤਰੀਕਾ ਦੇਖੀਏ ਤਾਂ ਮੈਂ ਕਿਉਂਕਿ ਕਿਸਾਨ ਨੂੰ ਤਾਂ ਉਹਨੂੰ ਉਹਦੀ ਜੇਬ ਚ ਆਮਦਨ ਵੀ ਚਾਹੀਦੀ ਹੈ ਕਣਕ ਝੋਨਾ ਉਹਨੂੰ ਇਸ ਕਰਕੇ ਹੈ ਕਿ ਕੈਸ਼ ਕ੍ਰੌਪ ਹੈ ਨਗਦ ਪੈਸੇ ਮਿਲ ਜਾਂਦੇ ਐ ਐਮਐਸਪੀ ਹੈਗੀ ਐ ਉਹਦੇ ਮੁਕਾਬਲੇ ਇਸ ਫਸਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਰਾਬਰ ਦੇਖਦੇ ਹਾਂ ਘੱਟ ਦੇਖਦੇ ਹਾਂ ਵੱਧ ਦੇਖਦੇ ਹਾਂ ਇਹ ਜਿਹੜੀਆਂ ਫਸਲਾਂ ਐ ਜਿਵੇਂ ਜਿੱਥੇ ਪਾਣੀ ਦੀ ਥੋੜੀ ਸਮੱਸਿਆ ਹੈਗੀ ਆ ਉਹਨਾਂ ਜਿਹੜੀਆਂ ਚ ਝੋਨੇ ਦਾ ਪੂਰਾ 100% ਬਦਲ ਆ ਜੀ ਜਿੱਥੇ ਕੋਈ ਪਾਣੀ ਦੀ ਸਮੱਸਿਆ ਨਹੀਂ ਪਾਣੀ ਹੈਗਾ ਉੱਥੇ ਤਾਂ ਆਮਦਨ ਦੇ ਪੱਖੋਂ ਤਾਂ ਝੋਨਾ ਇਹਦੇ ਨਾਲੋਂ ਮੂਰੇ ਜਾ ਰਿਹਾ ਜਾਂ ਤਾਂ ਰਿਹਾ ਅਸੀਂ ਪਾਣੀ ਦਾ ਤੇ ਜਿਹੜਾ ਉਹ ਨਹੀਂ ਖਰਚਾ ਗਿਣ ਰਹੇ ਆ ਮੈਲ ਹੀ ਹੁੰਦਾ ਸੀ ਜੇ ਅਸੀਂ 4500 ਲੀਟਰ ਜਾਂ 5000 ਲੀਟਰ ਪਾਣੀ ਦੀ ਗੱਲ ਕਰੀਏ ਤਾਂ ਉਹਦੇ ਮੁਕਾਬਲੇ ਇਹ ਸਸਤਾ ਹੈ ਕਿ ਝੋਨਾ ਸਸਤਾ ਹੈ ਉਹਦੇ ਮੁਕਾਬਲੇ ਇਹ ਅਨਾਜ ਹੈ ਜਿਵੇਂ ਢਾਲਾਂ ਆ ਗਈਆਂ ਜਾਂ ਇਹ ਅਨਾਜ ਆ ਗਏ ਜਾਂ ਸਬਜ਼ੀਆਂ ਆ ਗਈਆਂ ਉਹ ਜੇ ਆਪਾਂ ਹੁਣ ਸਰਕਾਰ ਬਿਜਲੀ ਫੀਰੀ ਦੇਣ ਕਰਕੇ ਆਪਾਂ ਨੂੰ ਥੋੜਾ ਜਿਹਾ ਪਾਣੀ ਦੀ ਕੀਮਤ ਨਹੀਂ ਲੱਗਦੀ ਅਗਰ ਜੇ ਆਪਾਂ ਡੀਜ਼ਲ ਬਾਲ ਕੇ ਜਾਂ ਇਸ ਨੂੰ ਬਿਜਲੀ ਆਪਾਂ ਨੂੰ ਨਹੀਂ ਫਰੀ ਮਿਲਦੀ ਉਹਦਾ ਬਿੱਲ ਭਰ ਕੇ ਤਾਂ ਫੇਰ ਤਾਂ ਝੋਨਾ ਮਹਿੰਗਾ ਪੈਂਦਾ ਜੀ ਇਸ ਕਰਕੇ ਜਿਹੜੀਆਂ ਜ਼ਿਮੀਂਦਾਰ ਨੂੰ ਅਸਲ ਜਿੰਨੀ ਘਰ ਦੀ ਲੋੜ ਆ ਉਹ ਖੁਦ ਆਪ ਹਰਕ ਚੀਜ਼ ਉਗਾਉਣੀ ਚਾਹੀਦੀ ਹੈ ਕੱਲੇ ਕਣਕ ਝੋਨੇ ਤੇ ਆਪਾਂ ਦੋ ਚੀਜ਼ਾਂ ਪੈਦਾ ਕਰਕੇ ਜਿਹੜੀਆਂ ਸਾਰੀਆਂ ਘਰ ਦੀਆਂ ਲੋੜਾਂ ਬਾਹਰੋਂ ਪੂਰੀਆਂ ਕਰਨ ਉਹ ਮੇਰੇ ਹਿਸਾਬ ਨਾਲ ਪਹਿਲੀ ਗੱਲ ਇਹ ਠੀਕ ਹੀ ਨਹੀਂ ਤਾਂ ਪਰ ਰਸਾਂ ਕਣਕ ਦੀ ਬਜਾਈ ਹੁਣ ਸ਼ੁਰੂ ਹੈ ਜਾਂ 5 7 10 ਦਿਨਾਂ ਬਾਅਦ ਹੋ ਜਾਣੀ ਹੈ ਉਸ ਤੋਂ ਬਾਅਦ ਇੱਕ ਪਾਣੀ ਲੱਗਣਾ ਹੈ 40 45 ਦਿਨਾਂ ਬਾਅਦ ਇੰਨਾ ਚਿਰ ਕਿਸਾਨ ਵਿਹਲਾ ਹੈ ਲੇਕਿਨ ਜਦੋਂ ਇਹ ਬੀਜ ਦਾ ਉਦੋਂ ਕਿਸਾਨ ਰੁੱਝਿਆ ਰਹੂਗਾ ਕਿਉਂਕਿ ਮੈਂ ਅਸੀਂ ਵਿਹਲੇ ਦੀ ਗੱਲ ਪਹਿਲਾਂ ਤਾਂ ਕਰਦੇ ਆ ਕਿ ਸਾਨੂੰ ਲੱਗਦਾ ਵੀ ਕਣਕ ਤੇ ਝੋਨੇ ਦੀ ਬਜਾਈ ਸੌਖੀ ਹੈ ਟਾਈਮ ਬਚਦਾ ਹੈ ਤੇ ਇਹਦੇ 'ਚ ਸਾਨੂੰ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਦੱਸਿਓ ਹਾਂ ਮੇਨਟਾਂ ਵੀ ਜੇ ਆਪਾਂ ਕਈ ਫਸਲਾਂ ਬੀਜਦੇ ਆ ਲਗਾਤਾਰ ਤੋ ਕਦੇ ਕਿਸੇ ਫਸਲ ਦਾ ਟਾਈਮ ਆ ਗਿਆ ਕਦੇ ਕਿਸੇ ਦਾ ਆ ਗਿਆ ਅੱਜ ਉਹਨੂੰ ਵੱਡਣਾ ਕਿਸੇ ਨੂੰ ਦੂਜੀ ਨੂੰ ਕੱਢਣਾ ਜਾਂ ਇਸ ਕਰਕੇ ਕੰਮ ਤਾਂ ਉਹਨੂੰ ਲਗਾਤਾਰ ਹੈਗਾ ਪਰ ਜੇ ਕਣਕ ਝੂਨਾ ਆਪਾਂ ਬੀਜ ਕੇ ਦੋ ਦਿਨ ਕੰਮ ਕਰਕੇ ਸਾਰਾ ਸਾਲ ਵਿਹਲੇ ਹੀ ਰਵਾਂਗੇ ਤੋ ਫੇਰ ਉਹ ਉਹ ਮਿਹਨਤ ਨਹੀਂ ਮੈਂ ਉਹਨੂੰ ਗਿਣ ਤੱਕ अच्छा एकदस्यो एदे, एदे नाल ही ਹੁਣ ਅਸੀਂ ਰਾਗੀ ਦੀ ਗੱਲ ਵੀ ਕਰ ਲਈ ਕੁਟਕੀ ਦੀ ਵੀ ਕਰ ਲਈ ਕੰਗਣੀ ਦੀ ਵੀ ਕਰ ਲਈ ਕੋਦਰਾ ਵੀ ਇਹਦੇ ਨਾਲ ਜੁੜਿਆ ਕੋਦਰੇ ਦਾ ਕਿੰਨਾ ਕੁ ਸਕੋਪ ਹੈਗਾ ਆਪਣੇ ਪੰਜਾਬ ਵਾਲੇ ਏਰੀਆ ਚ ਕੋਦਰਾ ਜਿਹੜਾ ਹੈਗਾ ਜੀ ਇਹ ਥੋੜਾ ਜਆ ਟਾਈਮ ਵੀ ਵੱਧ ਲੈਂਦਾ ਇਹਨਾਂ ਦੇ ਮੁਕਾਬਲੇ ਕਿਉਂਕਿ ਇਹ ਚਲੋ 5 ਮਹੀਨੇ ਦੀ ਫਸਲ ਹੈ ਉਹ 5 ਤੋਂ ਸਾਢੇ 5 ਮਹੀਨੇ ਵੀ ਲੈ ਜਾਂਦਾ ਹੈ ਇੱਕ ਉਹਨੂੰ ਥੋੜੀ ਜੀ ਸਮੱਸਿਆ ਇਹ ਆ ਵੀ ਉਹ ਆਪਣੇ ਜ਼ਮੀਨਾਂ ਤੱਕੜੀਆਂ ਹੋਣ ਕਰਕੇ ਨਾ ਡਿਗ ਪੈਂਦਾ ਜੀ ਜਿਹੜੋ ਡੈਗਪੈਨ ਦਾ ਉਹਦੇ ਦਾਣਿਆਂ ਤੇ ਉਲੀ ਆ ਜਾਂਦੀ ਹੈ ਇਹ ਕਰਕੇ ਕੂਡਾ ਉਹਨਾਂ ਐਕਸੈਸ ਫੁੱਲਾ ਨਹੀਂ ਜਿੰਨਾ ਕੰਗਣੀ ਜਾਂ ਰਾਗੀ ਜਾਂ ਕਟਕੀ ਆ ਉਹਦੇ ਮੁਕਾਬਲੇ ਕੂਡਾ 2 ਮਹੀਨੇ ਦਾ ਉਹਦਾ ਟਾਈਮ ਵੱਧ ਗਿਆ ਪਰ ਇੱਕ ਥੋੜਾ ਜਿਹਾ ਬਾਰਸ਼ਾਂ ਦਾ ਆਪਣੇ ਸੀਜ਼ਨ ਚ ਆਉਣ ਕਰਕੇ ਉਹਨੂੰ ਉਲੀ ਦੀ ਸਮੱਸਿਆ ਆਉਂਦੀ ਆ ਤੇ ਉਹ ਡਿੱਗਦਾ ਵੀ ਹੈ ਹਾਂ ਪੁਲਨਰ ਸਾਹਿਬ ਕਟਕੀ ਕੰਗਣੀ ਔਰ ਰਾਗੀ ਇਹ ਤਿੰਨ ਚੀਜ਼ਾਂ ਦੀ ਫਸਲ ਇਹਨਾਂ ਨੇ ਆਪਦੇ ਖੇਤ ਦੇ ਵਿੱਚ ਉਗਾਈ ਹੈ ਤੇ ਲੋਕ ਤੁਹਾਡੇ ਤੋਂ ਹੁਣ ਸਲਾਹ ਵੀ ਲੈਂਦੇ ਹੋਣੇ ਕਿਉਂਕਿ ਪਹਿਲਾਂ ਤਾਂ ਹੁੰਦਾ ਵੀ ਮੇਰਾ ਮੇਰਾ ਤਜਰਬਾ ਫੇਲ ਹੋ ਗਿਆ ਤੁਹਾਡਾ ਤਜਰਬਾ ਪਾਸ ਹੋ ਗਿਆ ਵੀ ਤੁਹਾਡੇ ਕੋਲੇ ਕਿਹੜੀ ਤਕਨੀਕ ਹੈਗੀ ਹੈ ਜਾਂ ਲੋਕਾਂ ਨੂੰ ਤੁਸੀਂ ਗਾਈਡ ਵੀ ਕਰਦੇ ਹੋਵੋਗੇ ਲੋਕ ਕਿੰਨੇ-ਕਿੰਨੇ ਤੁਹਾਡੇ ਕੋਲੇ ਆ ਰਹੇ ਨੇ ਹਾਂਜੀ ਸਾਡੇ ਕੋਲੇ ਤਕਰੀਬਨ ਰੋਜ਼ ਐਵਰੇਜ 4-5 ਵੰਡਾਂ ਦੀ ਸਾਡੇ ਫਾਰਮ ਤੇ ਆਉਣ ਦੀ ਸਾਨੂੰ ਐਵਰੇਜ ਆ ਲੋਕਾਂ ਦਾ ਜਿਵੇਂ ਜਿਵੇਂ ਹੁਣ ਪਤਾ ਲੱਗਦਾ ਹੈ ਅਸੀਂ ਜਿੱਦੋਂ 2006 ਚ ਮੈਂ ਇਹ ਆਰਗੈਨਿਕ ਖੇਤੀ ਦਾ ਕੰਮ ਸ਼ੁਰੂ ਕੀਤਾ ਸੀ ਉਦੋਂ ਅਸੀਂ 1.5% ਵੀ ਲੋਕਾਂ ਇਸ ਕੰਮ ਚ ਹੈ ਹੀ ਨਹੀਂ ਸੀ ਉਹ ਤਾਂ ਕਹਿੰਦੇ ਸੀ ਅੰਗਰੇਜ਼ ਸਿੰਘ ਭੁੱਲਰ ਨੂੰ ਕਿ ਤੇ ਅੰਮ੍ਰਿਤਸਰ ਚੈੱਕ ਕਰਾਓ ਇਹਦਾ ਦਿਮਾਗ ਥੋੜਾ ਜਿਹਾ ਠੀਕ ਨਹੀਂ ਲੱਗ ਰਿਹਾ ਇਹ ਗੱਲਾਂ ਹੋਰ ਕਰ ਰਿਹਾ ਇਸ ਤਰ੍ਹਾਂ ਗੱਲਾਂ ਕਰਦੇ ਹੋਣੇ ਹਾਂਜੀ ਲੋਕ ਵਿੱਚ ਹਲੇ ਵੀ ਕਈ ਆਖਰੰਦੇ ਆ ਹੁਣ ਸ਼ਾਇਦ ਤੁਹਾਨੂੰ ਵੀ ਹੈਰਾਨਗੀ ਲੱਗੇ ਵੀ ਅਸੀਂ ਫਸਲ ਨੂੰ ਗੋਡੀ ਚੋਕੀ ਨਹੀਂ ਕਰਦੇ ਜੀ ਕਿਸੇ ਕਿਸਮ ਦੀ ਸਪਰੇ ਨਹੀਂ ਕਰਦੇ ਕੋਈ ਨਾ ਦੇਸੀ ਨਾ ਦੂਜੀ ਖਾਦ ਵਗੈਰਾ ਕੋਈ ਚੀਜ਼ ਅਸੀਂ ਯੂਜ਼ ਹੀ ਨਹੀਂ ਕਰਦੇ ਦੇਸੀ ਰਿਆ ਸਾਨੂੰ ਅਸੀਂ ਸਾਡੇ ਸਾਰਿਆਂ ਨੂੰ ਦਿਖਾਵਾਂਗੇ ਵੀ ਹਾਂ ਇੱਧਰ ਆ ਬੂਟੇ ਖੜੇ ਦੇਖੋ ਇਹਦੇ ਵਿੱਚ ਉਵੇਂ ਸਾਰੇ ਘਾਹ ਫੂਸ ਇਹਦੇ ਵਿੱਚ ਜਿੰਨੇ ਜੰਗਲੀ ਜੀਵ ਆ ਸੱਪ ਕੀ ਚੂਹੇ ਕੀ ਜੋ ਚੀਜ਼ ਕੁਦਰਤੀ ਹੈਗੀ ਆ ਉਹਨੂੰ ਅਸੀਂ ਮਾਰਦੇ ਨਹੀਂ ਯਾਨੀ ਮਿੱਤਰ ਸਾਰੇ ਮਿੱਤਰ ਕੀੜੇ ਹੀ ਨੇ ਹਾਂਜੀ ਉਹ ਕੁਦਰਤ ਦਾ ਨਿਯਮ ਆ ਵੀ ਇੱਕ ਜੁਨੀ ਧਾਨਤਾ ਤੇ ਅਗਲੀ ਦੀ ਉਹ ਖਰਾਕ ਆ ਇਹ ਸਾਰਾ ਕੁਡਟਨੇ ਸਿਸਟਮ ਆਪ ਦਾ ਬਣਾਇਆ ਹੋਇਆ ਇੱਕ ਜੁਨੀ ਢਾਨ ਤੋਂ ਹੋ ਜਾਂਦਾ ਜੇ ਅਗਲੀ ਜੁਨੀ ਦੀ ਉਹ ਖਰਾਕ ਬਣ ਜਾਂਦਾ ਫਿਰ ਇਹ ਤੁਹਾਨੂੰ ਪਛਾਣਦੇ ਵੀ ਹੋਣਗੇ ਸਾਰੇ ਪੰਛੀ ਜਾਨਵਰ ਜਿੰਨੇ ਕਿ ਇੱਥੇ ਐ ਵੀ ਹੁਣ ਆਗੇ ਤੁਸੀਂ ਹੁਣ ਚਲੇ ਗਏ ਹਾਂ ਇੱਥੇ ਤਕਰੀਬਨ ਸਾਡੇ ਤੋਂ ਕੋਈ ਪੰਛੀ ਡਰਦਾ ਨਹੀਂ ਕੋਈ ਸੱਪ ਵਗੈਰਾ ਇੱਥੇ ਹੀ ਸਾਡੇ ਤੁਰੇ ਫਿਰਦੇ ਆ ਨਾ ਹੀ ਅਸੀਂ ਉਹਨਾਂ ਨੂੰ ਕਿਤੇ ਕੁਛ ਆਖਿਆ ਨਾ ਹੀ ਅਜੇ ਤੱਕ ਸਾਨੂੰ ਉਹਨਾਂ ਨੇ ਕੁਛ ਆਖਿਆ ਥਾਂ ਥਾਂ ਸਾਡੇ ਆ ਘਾਹ ਚ ਕੁੰਜ ਵੀ ਪਈ ਆ ਸੱਪਾਂ ਦੀ ਇੱਥੇ ਬਾਹਰ ਵੀ ਆ ਉੱਥੇ ਵੀ ਪਈ ਆ ਥੜੇ ਤੇ ਪਰ ਅਜੇ ਤੱਕ ਵੇਖ ਲਓ ਵੀ ਅਸੀਂ 2006 ਦੇ ਅਸੀਂ ਕਦੇ ਨਹੀਂ ਮਾਰਿਆ ਪਰ ਕਦੇ ਵੀ ਕੋਈ ਸਮੱਸਿਆ ਨਹੀਂ ਆਈ ਸਾਨੂੰ ਹੁਣ ਜਦੋਂ ਸਾਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਖੇਤੀ ਬਿੱਲਾਂ ਦਾ ਰੌਲਾ ਪੈਂਦਾ ਹੈ ਹਾਂਜੀ ਬੀ ਐਮ ਐਸ ਪੀ ਲਿਖ ਦਿਓ ਧਰਨੇ ਮਜਾਰੇ ਹੋ ਰਹੇ ਨੇ ਐਜੀਟੇਸ਼ਨਾਂ ਹੋ ਰਹੀਆਂ ਸਵੇਰੇ ਤੋਂ ਸ਼ਾਮ ਤੱਕ ਆਪਾਂ ਕਿਤੇ ਵੀ ਜਾਈਏ ਸਾਨੂੰ ਇੱਕੋ ਹੀ ਗੱਲ ਸਾਡੇ ਅੱਗੇ ਆ ਰਹੀ ਹੈ ਵੀ ਕਿਸਾਨੀ ਜਿਹੜੀ ਉਹ ਖਤਮ ਹੋਣ ਦੇ ਕਾਰਨ ਤੇ ਹੈ ਕੇਂਦਰ ਸਰਕਾਰ ਨੇ ਇਹ ਨਵਾਂ ਜਿਹੜਾ ਬਿੱਲ ਲਿਆਂਦਾ ਹੈ ਇਹ ਮਾਰੂ ਹੈਗਾ ਉਦੋਂ ਤੁਸੀਂ ਇਹ ਇਹ ਸਾਰੇ ਸਿਸਟਮ ਨੂੰ ਕਿਵੇਂ ਦੇਖਦੇ ਹੋ ਉਸ ਚਾਰ ਸੀ ਦੇਖਦੇ ਆ ਜੀ ਜਿਹੜਾ ਅਸਲ ਹੈਗਾ ਕਿਸਾਨ ਕੁਡਟ ਨਾਲੋਂ ਟੁੱਟ ਗਿਆ ਜੇ ਅਸੀਂ ਕੁਡਰਤ ਦੇ ਨਾਲ ਮਿਲ ਕੇ ਚੱਲੂਗਾ ਕਿਸਾਨ ਨੂੰ ਇਹ ਕਦੇ ਵੀ ਕੋਈ ਸਮੱਸਿਆ ਨਹੀਂ ਆਉਗੀ ਵੇਚਣ ਦੀ ਵੀ ਨਹੀਂ ਆਉਗੀ ਸਾਨੂੰ ਕਦੇ ਵੇਚਣ ਦੀ ਕੋਈ ਸਮੱਸਿਆ ਨਹੀਂ ਆਈ ਪਰ ਸਰਕਾਰ ਨੇ ਟੱਕੇ ਨਾਲ ਇਹ ਕਾਨੂੰਨ ਜ਼ਿਮੀਦਾਰਾਂ ਤੇ ਠੋਪਿਆ ਔਰ ਉਸ ਦੀਆਂ 3-4 ਧਾਰਾ ਜਿਹੜੀਆਂ ਹੈਗੀਆਂ ਉਹ ਖਤਰਨਾਕ ਇੱਕ ਤਾਂ ਜਿਹੜਾ ਉਹਦੀ ਫਸਲ ਦਾ ਮਿਨੀਮਮ ਪ੍ਰਾਈਸ ਕੋਈ ਨਹੀਂ ਦੂਜਾ ਉਹਦਾ ਜੇ ਕੋਈ ਆਬ ਇਸ ਵਿੱਚ ਡਿਸਪੂਟ ਹੋ ਜਾਂਦਾ ਕੋਈ ਰੌਲਾ ਖੜਾ ਹੋ ਜਾਂਦਾ ਉਹ ਕੋਰਟ ਚ ਨਹੀਂ ਜਾ ਸਕਦਾ ਫੇਰ ਆ ਤੀਜਾ ਸਭ ਤੋਂ ਖਤਰਨਾਕ ਆ ਵੀ ਵਪਾਰੀ ਤਾਂ ਉਸਤੇ ਲੋਨ ਲੈ ਸਕਦਾ ਮਾਲਕ ਲੋਨ ਨਹੀਂ ਲੈ ਸਕਦਾ ਜਮੀਨ ਤੇ ਜਿਹੜੀ ਦਾ ਕਨੈਕਟ ਹੋ ਗਿਆ ਨਹੀਂ ਉਹ ਤਾਂ ਸਵਾਈ ਦੇ ਰਹੇ ਨੇ ਕਿ ਸਿਰਫ ਫਸਲ ਦੇ ਉੱਤੇ ਹੀ ਐਗਰੀਮੈਂਟ ਹੋਣਾ ਜਮੀਨ ਦਾ ਐਗਰੀਮੈਂਟ ਨਹੀਂ ਹੋਣਾ ਜਮੀਨ ਤੇ ਲੋਨ ਨਹੀਂ ਲੈ ਸਕਦੇ ਹਾਂਜੀ ਉਹ ਉਹ ਪਹਿਲਾਂ ਲੋਕਾਂ ਦਾ ਆਈਡੀ ਐਜੀਟੇਸ਼ਨ ਚੱਲਦੀ ਕਰਕੇ ਹੀ ਇਹ ਕਰ ਰਹੇ ਆ ਪਰ ਉਹਦੇ ਵਿੱਚ ਕੋਈ ਇਹੋ ਜੀ ਧਾਰਾ ਨਹੀਂ ਮੈਂ ਤੁਹਾਨੂੰ ਉੱਥੇ ਹੀ ਮੈਂ ਹੁੰਦਾ ਸੀ ਗੱਲ ਤੇ ਹਾਂਜੀ ਵੀ ਜਿਵੇਂ ਤੁਹਾਨੂੰ ਐਮਐਸਪੀ ਦੀ ਲੋੜ ਹੈਗੀ ਐ ਇਹਨਾਂ ਫਸਲਾਂ ਤੇ ਸਾਨੂੰ ਐਮਐਸਸੀ ਦੀ ਕੋਈ ਲੋੜ ਨਹੀਂ ਸਾਡੀ ਕਿਹੜੀਆਂ ਫਸਲਾਂ ਆਪਾਂ ਗੱਲ ਕਰਦੇ ਆ ਰਾਗੀ ਦੀ ਕੁਟਕੀ ਦੀ ਕੋਈ ਵੀ ਚੀਜ਼ ਜੇ ਆਪਾਂ ਵਧੀਆ ਕੁਆਲਿਟੀ ਦੀ ਤਿਆਰ ਕਰਾਂਗੇ ਬਗੈਰ ਜਿਹੜਾ ਨੂੰ ਤਿਆਰ ਕਰਾਂਗੇ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਤੁਹਾਡੇ ਘਰੋਂ ਲੈਣ ਆਉਣਗੇ ਇਹਦਾ ਮਤਲਬ ਤੁਸੀਂ ਆਪਣਾ ਮੁੱਲ ਆਪ ਨਿਰਧਾਰਤ ਕਰ ਸਕਦੇ ਹੋ ਹਾਂਜੀ ਅਸੀਂ ਕਰਦੇ ਹਾਂ ਜੀ ਅਸੀਂ ਕਣਕ ਤਕਰੀਬਨ 4000 ਨੂੰ ਵੇਚਦੇ ਹਾਂ ਅ ਕੁਆਂਟਲ ਤੇ ਜਿਹੜੀ ਸਾਡੀ ਬਾਸਪਤੀ ਆ ਉਹ ਥੋੜਾ ਸਾਨੂੰ ਕੁਝ ਲੋਕ ਤਾਂ ਸਾਥੋਂ ਝੂਨ ਨਹੀਂ ਲੈ ਜਾਂਦੀ ਹੈ ਜੀ ਉਹਨਾਂ ਨੂੰ ਪਤਾ ਹੈ ਵੀ ਇਹ ਬਿਨਾ ਜ਼ਾਇਰਾ ਤੋਂ ਆ ਕਿ ਰੇਟ ਦਿੰਦੇ ਹੋ ਤੁਸੀਂ ਉਹ ਅਸੀਂ ਪਿਛਲੇ ਸਾਲ 73800 ਨੂੰ ਵੇਚਿਆ ਸੀਗਾ ਜੀ 3800 3800 ਤੁਸੀਂ ਤਾਂ ਐਮਐਸਪੀ ਤੋਂ ਦੁੱਗਣਾ ਰੇਟ ਤਾਂ ਤੁਹਾਨੂੰ ਖੇਤ ਚ ਹੀ ਮਿਲ ਰਿਹਾ ਹਾਂਜੀ ਸਾਨੂੰ ਮਾਲਾ ਸਾਡੇ ਕੋਲੋਂ ਜਿਹੜਾ ਇਹ ਸਮਾਨ ਪੂਰਾ ਨਹੀਂ ਆ ਰਿਹਾ ਕਿ ਕੋਈ ਸਾਨੂੰ ਵੇਚਣ ਦੀ ਦਿੱਕਤ ਨਹੀਂ ਪਰ ਜਿੰਨਾ ਚਿਰ ਆਪਾਂ ਕੁਆਲਿਟੀ ਨਹੀਂ ਨਾ ਵਧੀਆ ਤਿਆਰ ਕਰਦੇ ਉਹਨਾਂ ਚਿਰੇ ਸਾਰੀਆਂ ਸਮੱਸਿਆ ਆਉਣਗੀਆਂ ਪੁਨਰ ਸਾਹਿਬ ਕਿੰਨੇ ਏਕੜ ਚ ਤੁਸੀਂ ਇਹ ਸਾਰੀ ਖੇਤੀ ਕਰਦੇ ਹੋ ਜੈਵਿਕ ਖੇਤੀ ਜਿਹੜੀ ਹੈ ਟੋਟਲ ਮੇਰੇ ਕੋਲੇ 7 ਕਿੱਲੇ ਜ਼ਮੀਨ ਆ ਜੀ ਜਿਹੜੇ 7 ਕਿੱਲਿਆਂ ਦੇ 2 ਟਾਕ ਆ ਇੱਕ ਇੱਥੇ 2.5 ਕਿੱਲਿਆਂ ਦਾ ਟਾਕ ਆ ਤੇ ਰਪਾਣੀ ਵਾਲੇ ਪਾਸੇ 4.5 ਕਿੱਲਿਆਂ ਦਾ ਟਾਕ ਆ ਦੋਨਾਂ ਨੂੰ ਮੈਨੇਜ ਕਿਵੇਂ ਕਰਦੇ ਹੋ ਉਹ ਮੈਨੇਜ ਕਰਨ ਦੇ ਮਾਰੇ ਅਸੀਂ ਉਹਨੂੰ ਠੇਕੇ ਤੇ ਦਿੰਨੇ ਆ ਅੱਛਾ ਉਹ ਆਦਸ ਵਿੱਚ ਸਾਡਾ 7 ਕਿਲੋਮੀਟਰ ਦਾ ਫਾਸਲਾ ਹੈ ਦੋਨਾਂ ਟੱਕਾਂ ਦਾ ਇੱਥੇ ਕਿੰਨੇ ਬੰਦਿਆਂ ਨੂੰ ਤੁਸੀਂ ਰੁਜ਼ਗਾਰ ਦੇ ਰਹੇ ਹੋ ਰੁਜ਼ਗਾਰ ਅਸੀਂ 7 ਤੋਂ 8 ਬੰਦਿਆਂ ਨੂੰ ਦਿੱਤਾ ਹੋਇਆ ਜੀ ਕਿੰਨੇ ਸਾਢੇ 3 ਕਿੱਲਾਂ ਦੇ ਵਿੱਚ 8 ਬੰਦੇ ਆ 2.5 ਕਿੱਲਾਂ ਦੇ ਵਿੱਚ 2.5 ਕਿੱਲਾਂ 'ਚ 8 ਬੰਦੇ ਨੂੰ ਰੁਜ਼ਗਾਰ ਹਾਂਜੀ ਤੇ ਜਿਹੜਾ ਜਿਹੜਾ ਨਾਲ ਮੇਰੇ ਵਰਗਾ ਕੋਈ ਝੋਨਾ ਜਾਂ ਕਣਕ ਬੀਜ ਰਿਹਾ ਉਹ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦੇ ਰਿਹਾ ਓਟਾਂ ਜੀ ਮਸ਼ੀਨ ਨਾਲ ਬਾਹਰ ਤਾਂ ਟਰੈਕਟਰਾਂ ਨਾਲ ਤੇ ਕੰਬਾਈਨ ਨਾਲ ਵੱਢ ਲਿਆ ਤੇ ਸੀਜ਼ਨ 'ਚ ਮਸਾਂ ਜੇ ਪਾਣੀ ਦਾ ਕੰਮ ਆ ਜਾਂ ਤੇ ਜਾਂ ਕਿਤੇ ਜਿਹੜਾ ਲੇਬਰ ਤੋਂ ਕੱਖ ਕਢਾਉਣੇ ਜਾਂ ਸਪਰੇਅ ਕਰਨੀ ਉਹੀ ਕੰਮ ਆ ਉਹਦੇ ਕੋਲ ਸਪਰੇਅ ਵੀ ਅੱਜਕੱਲ੍ਹ ਠੇਕੇ ਤੇ ਕਰੀ ਜਾ ਰਹੇ ਆ ਗਵੰਡੀ ਤੁਹਾਨੂੰ ਵੇਖ ਕੇ ਹੱਸਦਾ ਕਿ ਤੁਸੀਂ ਉਹਨੂੰ ਵੇਖ ਕੇ ਹੱਸਦੇ ਹੋ ਹੁਣ ਪਹਿਲਾਂ ਤਾਂ ਲੋਕਾਂ ਨੂੰ ਨਹੀਂ ਸੀਗਾ ਇਹ ਵੀ ਐਮੀ ਇਹੇ ਟੱਕਰਾਂ ਮਾਰੀ ਜਾਂਦੇ ਆ ਅਸੀਂ ਹੁਣ ਤੁਹਾਨੂੰ ਗਾਂਹ ਚੱਲ ਕੇ ਦਿਖਾਉਨੇ ਆ ਸਾਰਾ ਜਿਹੜਾ ਕੱਲ ਅਸੀਂ ਬਾਸਪੱਟੀ ਵੱਢਿਆ ਉਹਦੇ ਵਿੱਚ ਕੋਈ ਤੁਸੀਂ ਸ਼ਾਇਦ ਇੱਕ ਦਿਨ ਲੇਟ ਹੋ ਗਏ ਨਹੀਂ ਉਹ ਖੜਾ ਵੀ ਦਿਖਾ ਦਿੰਦੇ ਹੁਣ ਤੁਸੀਂ ਪਰਾਲੀ ਕਰਕੇ ਸਾਨੂੰ ਤਾਂ ਐ ਹੀ ਨਹੀਂ ਲੱਗਿਆਗਾ ਕਿਸੇ ਨਾਲੋਂ ਵੀ ਸਾਡਾ ਘਾਟਾ ਬਾਸਪੱਟੀ ਝਾੜ ਵੀ ਓਨਾ ਹੀ ਐ ਝਾੜ ਵੀ ਓਨਾ ਹੀ ਐ ਜੀ ਕੁਆਲਿਟੀ ਵਧੀਆ ਹੈ ਕੁਆਲਿਟੀ ਵਧੀਆ ਅਸੀਂ ਨਾ ਰੇਟ ਬੈਲੈਂਸ ਹੋਈ ਜਾਂਦਾ ਦੁੱਗਣਾ 1888 ਐਮਐਸਬੀ ਹੈ ਜੇ ਸੀ ਵੀ ਕੋਈ ਖਾਦ ਨਹੀਂ ਯੂਜ਼ ਕਰਦੇ ਅਸੀਂ ਕੋਈ ਸਪਰੇ ਨਹੀਂ ਦੇਸੀ ਯੂਜ਼ ਕਰਦੇ ਕੋਈ ਅਸੀਂ ਉਹਨੂੰ ਗੋਡੀ ਚੋਕੀ ਨਹੀਂ ਕਰਦੇ ਸਭ ਤੋਂ ਵੱਡਾ ਐਵੇਂ ਜੇ ਮੰਤਰ ਕਿਹੜਾ ਸੁਣ ਕੋ ਜਾਦੂ ਕਿਹੜਾ ਯੂ ਨੂੰ ਦੋ ਚੀਜ਼ਾਂ ਨਾਲ ਅ ਅ ਫਰਕ ਪੈਂਦਾ ਇੱਕ ਤਾਂ ਜਦੋਂ ਤੁਸੀਂ ਰੋਟ ਤੋਂ ਆਊਟ ਚੀਜ਼ ਬੀਜੋਗੇ ਉਹਨੂੰ ਬਿਮਾਰੀ ਲੱਗੂਗੀ ਦੂਜਾ ਕਾਰਨ ਜਦੋਂ ਤੁਸੀਂ ਰਸਾਇਣਕ ਖਾਦਾਂ ਯੂਜ਼ ਕਰਤੀਆਂ ਫਸਲ ਲਬੀ ਤੇ ਕਾਲੀ ਹੋਊਗੀ ਉਹਨੂੰ ਵੀ ਬਿਮਾਰੀ ਲੱਗਦੀ ਇਹ ਸਾਡੀ ਜਿਹੜੀ ਫਸਲ ਆ ਇਹ ਲਬੀ ਕਾਲੀ ਨਹੀਂ ਹੁੰਦੀ ਤੇ ਰੋਟ ਤੋਂ ਆਊਟ ਨਹੀਂ ਅਸੀਂ ਬੀਜਦੇ ਇਸ ਦੇ ਕਾਰਨ ਕੋਈ ਵੀ ਸਾਡੀ ਫਸਲ ਮਾਰੀ ਨਹੀਂ ਰਹਿੰਦੀ ਕੁਦਰਤ ਦੇ ਨਿਯਮਾਂ ਦੇ ਹਿਸਾਬ ਨਾਲ ਆਪਾਂ ਚੱਲਾਂਗੇ ਤਾਂ ਹਰ ਇੱਕ ਚੀਜ਼ ਨੂੰ ਕੁਦਰਤ ਨੇ ਜਿਉਣ ਦਾ ਹੱਕ ਦਿੱਤਾ ਹਰੇਕ ਇਹ ਧਰਤੀ ਕੱਲੇ ਇਨਸਾਨ ਦੀ ਨਹੀਂ ਇਹ ਜਿੰਨਾ ਵੀ ਜੀਵ ਜੰਤਾ ਉਹਦੀ ਸਾਰਿਆ ਜੀਵ ਜੰਤਾ ਉਹਦੀ ਖਾਣਾ ਵੀ ਤਿਆਰ ਕਰਦੀ ਆ ਉਹਦੇ ਰਹਿਣ ਸਹਿਣ ਆਸ ਤੇ ਜਗਾ ਵੀ ਦਿੰਦੀ ਆ ਉਹਦਾ ਜਿਹੜਾ ਜੀਵਨ ਬਸਰ ਕਰਨ ਵਾਸਤੇ ਜੋ ਉਹਨੂੰ ਚੀਜ਼ ਦੀ ਲੋੜ ਆ ਉਹ ਜ਼ਮੀਨ ਦੇ ਵਿੱਚੋਂ ਹੀ ਮਿਲਦੀ ਆ ਹਰੇਕ ਜੀਵ ਪਸ਼ੂ ਨੂੰ ਪੰਛੀ ਨੂੰ ਉਹ ਜ਼ਮੀਨ ਚੋਂ ਹੀ ਮਿਲਣਿਆ ਸਾਰਾ ਕੁਝ ਜੇ ਕੋਈ ਲੋਹਾ ਤੰਬਾ ਜਾਂ ਤੇਲ ਨਿਕਲਦਾ ਉਹ ਵੀ ਜ਼ਮੀਨ ਚੋਂ ਹੀ ਨਿਕਲਣਾ ਜੋ ਵੀ ਪ੍ਰੋਡਕਸ਼ਨ ਹੋਣੀ ਆ ਲੋੜਾਂ ਵਾਸਤੇ ਉਹ ਜ਼ਮੀਨ ਚੋਂ ਹੀ ਆਉਣੀ ਆ ਆਕਾਸ਼ ਚੋਂ ਕਿੱਥੋਂ ਨਹੀਂ ਆਉਣੀਗੀ ਹਰ ਜੀਵ ਵਾਸਤੇ ਉਹ ਜ਼ਮੀਨ ਦੇ ਵਿੱਚੋਂ ਕੁਦਰਤ ਨੇ ਮੌਸਮ ਦੇ ਹਿਸਾਬ ਨਾਲ ਅੱਡੋ-ਉਡੀ ਏਰੀਆ ਦੇ ਹਿਸਾਬ ਨਾਲ ਉਹ ਜ਼ਮੀਨ ਦੇ ਵਿੱਚ ਸਾਰਾ ਕੁਝ ਦਿੱਤਾ ਹੈ ਮੈਂ ਭੁੱਲ ਰਿਹਾ ਹਾਂ ਹੁਣ ਇਸ ਗੱਲ ਤੇ ਆਉਣਾ ਹੈ ਇੱਕ ਬੱਚਾ ਹਾਂਜੀ ਬੀਐਸਸੀ ਐਗਰੀਕਲਚਰ ਕਰ ਲਿਆ 4 ਸਾਲ ਦਾ ਉਹਨੇ ਕੋਰਸ ਕਰ ਰਿਹਾ ਕਾਲਜ ਦੇ ਵਿੱਚੋਂ ਹਾਂਜੀ ਤੇ ਤੁਹਾਡੇ ਕੋਲੇ ਇੱਕ ਬੰਦਾ ਇੱਕ ਸਾਲ ਹੋ ਗਿਆ ਕੰਮ ਕਰਦੇ ਨੂੰ ਹਾਂਜੀ ਦੋਨਾਂ ਦਾ ਲੈਵਲ ਕਿਵੇਂ ਦੇਖਦੇ ਹੋ ਸਾਡੇ ਕੋਲੇ ਤਕਰੀਬਨ ਜਿਹੜੇ ਸਟੂਡੈਂਟ ਵੀ ਬਹੁਤ ਸਾਰੇ ਆਉਂਦੇ ਆ ਤੇ ਜਿਹੜੇ ਐਮਐਸਸੀ ਬੀਐਸਸੀ ਕਰਦੇ ਆ ਕਈ ਵਾਰੀ ਸਾਡੇ ਲੈਕਚਰ ਵਗੈਰਾ ਹੁੰਦੇ ਆ ਪਿੱਛੇ ਜੇ ਕੋਈ ਆਹ ਕਰੋਨੇ ਦੇ ਟਾਈਮ ਦੀ ਮੈਂ ਤੁਹਾਨੂੰ ਬੇਟਾ ਜੀ ਗੱਲ ਦੱਸਾਂ ਤਾਂ ਡਾਕਟਰ ਗਤੇਜ ਸਿੰਘ ਆਪਣੀ ਇੱਥੇ ਮੌਕਸਰ ਲੱਗੇ ਹੋਏ ਆ ਤੇ ਉਹ ਸਾਡੇ ਫਾਰਮਟੇ ਆਏ ਆ ਕਿ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨਾਲ ਸਾਰੀ ਗੱਲਬਾਤ ਹੋਈ ਉਹਨਾਂ ਨੇ ਆਪ ਮੰਨਿਆ ਉਹਦੇ ਵੀ ਸਾਨੂੰ ਡਾਕਟਰ ਦਾ ਕੋਰਸ ਕਰਾਉਣ ਵੇਲੇ ਵੀ ਇਹ ਗੱਲਾਂ ਨਹੀਂ ਕਿਸੇ ਨੇ ਦੱਸੀਆਂ 4 ਸਾਲ ਬੀਐਸਸੀ ਦੀ ਉਹਨਾਂ ਨੇ ਡਿਗਰੀ ਕੀਤੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਡਾਕਟਰੀ ਕਰਦੇ ਨੂੰ ਉਹਨੂੰ ਸਰਵਿਸ ਹੋ ਗਈ ਹੋਣੀ ਹੈ ਘੱਟੋ ਘੱਟ 15 ਸਾਲ 15 ਸਾਲ ਦੀ ਤਾਂ ਉਹਦੀ ਸਰਵਿਸ ਹੀ ਆ ਉਹਨਾਂ ਨੇ ਤੁਹਾਨੂੰ ਕੱਲਿਆਂ ਨੂੰ ਗੱਲ ਕਹੀ ਕਿ ਸਾਰਿਆਂ 'ਚ ਕਹੀ ਨਹੀਂ ਇੱਥੇ ਹੋਰ ਵੀ ਉਹਦਾਂ ਪੰਜ-ਸੱਤ ਬੰਦੇ ਸੀਗੇ ਕਿ ਉਹਨੂੰ ਮਗਰੋਂ ਵੀ ਫੇਰ ਆ ਕੇ ਇੱਕ ਦਿਨ ਉਹ ਆਦੇ ਯਾਰ ਜਿੱਦਾਂ ਟਾਈਮ ਮਿਲਿਆ ਕਰੂ ਨਾ ਮੈਂ ਤਾਂ ਜਰੂਰ ਆਇਆ ਕਰੂੰਗਾ ਇੱਥੇ ਫੇਰ ਅੰਗਰੇਜ਼ ਸਿੰਘ ਭੁੱਲਰ ਦਾ ਮਨ ਕਿੰਨਾ ਖੁਸ਼ ਹੋਇਆ ਮਨ ਤਾਂ ਆਇਆ ਜੀ ਅਸੀਂ ਜਿਹੜਾ ਅਡੋਡੀ ਵਿਚਾਰ ਅਡੋਡੀ ਕੁਦਰਤ ਨੇ ਜੋ ਕਿਸੇ ਨੂੰ ਦਿਮਾਗ ਦਿੱਤਾ ਮੈਂ ਬਿੱਟਾ ਜੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕੱਢਣ ਕਰਤਣ ਤੋਂ ਲੈ ਕੇ ਕੋਈ ਵੀ ਕੰਮ ਆ ਜਿਹੜਾ ਉਹ ਮੈਂ ਕਦੇ ਵੀ ਛੱਡਿਆ ਨਹੀਂ ਆਪ ਕਰ ਲੈਣੇ ਮੇਥੀ ਹੁਣਾ ਹੁਣ ਕਿੰਨੇ ਕ ਬੱਚੇ ਆ ਜਿਹੜੇ ਜਿਹੜੇ ਮੰਨ ਲਓ ਪਿੰਡ ਦੇ ਵਿੱਚ ਜਦੋਂ ਪਤਾ ਲੱਗਦਾ ਜਾਂ ਆਸ-ਪਾਸ ਪਿੰਡ ਦੇ ਵਿੱਚ ਪਤਾ ਲੱਗਦਾ ਹੈ ਅੰਗਰੇਜ਼ ਸਿੰਘ ਭੁੱਲਰ ਵਾਲੇ ਪਤਾ ਲੱਗਦਾ ਹੈ ਜਾਂ ਅਸੀਂ ਪੜਦੇ ਸੁਣਦੇ ਜਦੋਂ ਦੇਖਦੇ ਆ ਜਾਂ ਇਸ ਤੋਂ ਬਾਅਦ ਵੀ ਤੁਹਾਡੇ ਨਾਲ ਕਾਫੀ ਲੋਕਾਂ ਦਾ ਸੰਪਰਕ ਹੋਊਗਾ ਬਹੁਤ ਸਾਰੇ ਲੋਕ ਐਸੇ ਵੀ ਹੋਣਗੇ ਜਿਹੜੇ ਕਹਣਗੇ ਕਿ ਅਸੀਂ ਕਾਲਜ ਨਹੀਂ ਬੱਚੇ ਨੂੰ ਪੜਾਉਣਾ ਤੁਹਾਡੇ ਕੋਲੇ ਛੱਡਣਾ ਚਾਹੁੰਦੇ ਆ ਇਸ ਤਰ੍ਹਾਂ ਦਾ ਪ੍ਰਬੰਧ ਕੋਈ ਹੈਗਾ ਹਾਂਜੀ ਇਹ ਸਾਡੇ ਕੋਲੇ ਆਏ ਆ ਵੀ ਜਿਹੜੇ ਬੱਚੇ ਸਟੂਡੈਂਟ ਆਉਂਦੇ ਆ ਨਾ ਉਹ ਫਿਰ ਸਾਡੇ ਨਾਲ ਪੱਕੀ ਜੁੜ ਜਾਂਦੇ ਆ ਪੱਕੇ ਜੁੜ ਜਾਂਦੇ ਆ ਜਦੋਂ ਵੀ ਉਹਨਾਂ ਨੂੰ ਕੋਈ ਸਮੱਸ ਉਹ ਸਾਠੋਂ ਫੋਨ ਤੇ ਵੀ ਪੁੱਛਦੇ ਆ ਫੋਨ ਤੇ ਪੁੱਛ ਕੇ ਗਾਂ ਉਹ ਆਪ ਦੀ ਸਟੱਡੀ ਵੀ ਕਰਦੇ ਆ ਪਿੱਛੇ ਜੇ ਰਪਾਣੇ ਦਾ ਇੱਕ ਬੱਚਾ ਸੀਗਾ ਉਹ ਐਮ ਐਸ ਸੀ ਕਰ ਰਿਹਾ ਸੀਗਾ ਔਰ ਗਾਂ ਉਹਨੇ ਪੀ ਐਚ ਡੀ ਆਸਤੇ ਕਰਨਾ ਸੀਗਾ ਤੇ ਉਹਨੂੰ ਜਦੋਂ ਪਤਾ ਲੱਗਿਆ ਤੇ ਉਹ ਇੱਥੇ 3-4 ਦਿਨ ਸਾਡੇ ਕੋਲੇ ਪਹਿਲਾਂ ਸਿੱਖ ਕੇ ਗਿਆ ਸਾਰਾ ਕੁਝ ਕਿਉਂਕਿ ਜਿਹੜਾ ਆਰਗੈਨਿਕ ਖੇਤੀ ਤੇ ਨਾਤਾ ਯੂਨੀਵਰਸਿਟੀ ਨੇ ਰਿਸਰਚ ਕੀਤੀ ਨਾ ਹੀ ਕਿਸੇ ਹੋਰ ਵਿਗਿਆਨੀ ਨੇ ਐਡਾ ਕਿਉਂਕਿ ਜਿਹੜਾ ਆਰਗੈਨਿਕ ਖੇਤੀ ਆ ਇਹਦੇ ਵਿੱਚ ਜਿਹੜਾ ਰਿਸਰਚ ਕਰਦਾ ਉਹਨੂੰ ਬਹੁਤਾ ਕੁਝ ਨਹੀਂ ਲਾਭ ਨਹੀਂ ਹੁੰਦਾ ਲਾਭ ਕਿਉਂ ਨਹੀਂ ਹੁੰਦਾਗਾ ਉਹਨੇ ਆਪਦਾ ਪ੍ਰੋਡਕਟ ਤਾਂ ਕੋਈ ਵੇਚਣਾ ਨਹੀਂ ਇਸ ਕਰਕੇ ਜਿਹੜੀਆਂ ਯੂਨੀਵਰਸਟੀਆਂ ਵੀ ਆ ਜਾਂ ਕੋਈ ਡਿਗਰੀ ਕਾਲਜ ਆ ਜਾਂ ਕੋਈ ਵੀ ਹੈਗਾ ਹੁਣ ਚਾਰ ਲਾਜ ਪ੍ਰਣਾਲੀਆਂ ਪਰ ਚੱਲਟਾ ਪਹਿਲੀ ਐਲੋਪੈਥੀ ਆ ਹੋਮੋਪੈਥੀ ਆ ਆਯੁਰਵੇਦ ਆ ਤੇ ਨੇਚਰ ਬੈਠੀ ਆ ਮੈਂ ਚਾਰਾਂ ਤੇ ਹੀ ਸਾਰੀ ਸਟੱਡੀ ਕਰਕੇ ਦੇਖੀ ਆ ਮੈਂ ਕੈਂਸਰ ਤੱਕ ਥੋਡੇ ਆਹਾ ਕੱਲੇ ਕੱਲੇ ਵਾਲ ਦਾ ਵੀ ਮੈਨੂੰ ਸਾਰਾ ਪਤਾ ਪੂਰਾ ਮੈਂ ਉੱਥੇ ਆਉਂਦਾ ਸੀਗਾ ਹਾਂਜੀ ਤੁਸੀਂ ਇੱਕ ਖੇਤੀ ਵਿਗਿਆਨੀ ਦੇ ਨਾਲ-ਨਾਲ ਇੱਕ ਕੁਦਰਤੀ ਸਿਹਤ ਪ੍ਰਣਾਲੀ ਨੂੰ ਠੀਕ ਰੱਖਣ ਵਾਲੇ ਸ਼ਖਸੀਅਤ ਵਜੋਂ ਵੀ ਜਾਣੇ ਜਾ ਰਹੇ ਹੋ ਤੇ ਨਾਲ ਹੀ ਹੁਣ ਵਿੱਦਿਆ ਦੇ ਦਾਨੀ ਵਜੋਂ ਵੀ ਤੁਹਾਡਾ ਨਾਮ ਆ ਰਿਹਾ ਹੈ ਕਿਉਂਕਿ ਜਿਹੜੇ ਬੱਚੇ ਬੀਐਸਸੀ ਐਗਰੀਕਲਚਰ ਕਰਨਾ ਚਾਹੁੰਦੇ ਨੇ ਡਿਗਰੀ ਚਾਹੇ ਉਹ ਕਾਲਜਾਂ ਯੂਨੀਵਰਸਿਟੀਆਂ ਤੋਂ ਲੈ ਲੈਣ ਪਰ ਜ਼ਮੀਨੀ ਹਕੀਕਤਾਂ ਦੇ ਜਦੋਂ ਉਹ ਤੁਹਾਡੇ ਕੋਲੇ ਆਉਣਗੇ ਤਾਂ ਉਹਨਾਂ ਨੂੰ ਨਵੇਂ ਸਿਰੇ ਤੋਂ ਹੀ ਕੰਮ ਸ਼ੁਰੂ ਕਰਨਾ ਪਊਗਾ ਹਾਂਜੀ ਇਹ ਜਿਹੜਾ ਥੋੜਾ ਸਰੀਰ ਆ ਨਾ ਜੀ ਕੁਡਰਤ ਨਹੀਂ ਇਹਦੇ ਵਿੱਚ ਜੋ ਬਰ ਹੈ ਮੰਡੇ ਸੋਈ ਬੰਡੇ ਜੋ ਤੁਹਾਨੂੰ ਅੱਖਾਂ ਦੇ ਨਾਲ ਦਿਸਦਾ ਨੰਗੀਆਂ ਕੋਈ ਵੀ ਚੀਜ਼ ਆ ਉਹ ਤੁਹਾਡੇ ਸਰੀਰ ਚ ਹੈਗੀ ਆ ਤੁਹਾਡੇ ਸਰੀਰ ਦੇ ਵਿੱਚ ਬਿਜਲੀ ਪਲਾਂਟ ਵੀ ਹੈਗਾ ਜਿਹੜਾ ਕਿ 18 ਵੋਲਟਜ ਨਾਲ ਆਪਣਾ ਸਰੀਰ ਚੱਲਦਾ ਜੋ ਡਾਕਟਰ ਐਲੋਪੈਥੀ ਤਾਂ ਮੈਂ ਇਹ ਸਮਝਦਾ ਆਂ ਵੀ ਬਿਮਾਰ ਕਰਨ ਵਾਲੀ ਪ੍ਰਣਾਲੀ ਆ ਨਾ ਕਿ ਠੀਕ ਕਰਨ ਵਾਲੀ ਇਹ ਸਾਨੂੰ ਧੱਕੇ ਨਾਲ ਆ ਹਾਂ 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 ਸੇਟ ਸੁਲਤਾਨ ਦੇ ਨਾਂ ਤੇ ਪ੍ਰੂਫ ਸਿਆ ਜਾ ਰਿਹਾ ਬਿਲਕੁਲ ਕਿਉਂਕਿ ਉਹਨੂੰ ਬਿਮਾਰੀ ਨੂੰ ਇੱਕ ਵਾਰੀ ਅਸੀਂ ਦਬਾ ਦਿੰਨੇ ਆ ਬਾਅਦ ਚ ਦੁਬਾਰਾ ਫੇਰ ਉੱਠ ਪੈਂਦੀ ਉਸ ਨੂੰ ਹਾਂਜੀ ਜਿਹੜੀ ਐਲੋਪੈਥੀ ਪ੍ਰਣਾਲੀ ਆ ਉਹਦੇ ਚ ਠੀਕ ਕਰਨ ਵਾਲਾ ਤਾਂ ਮੈਨੂੰ ਤਾਂ ਕੋਈ ਇਲਾਜ ਹੀ ਨਹੀਂ ਦਿਸਿਆ ਉਹ ਜਿੰਨਾ ਚਿਰ ਤੁਸੀਂ ਦਵਾਈ ਖਾਈ ਚਲੋਗੇ ਉਹਨਾਂ ਚਿਰ ਤੁਹਾਨੂੰ ਮਹਿਸੂਸ ਨਹੀਂ ਹੋਊਗਾ ਮਹਿਸੂਸ ਨਹੀਂ ਹੋਊਗਾ ਤਾਂ ਤੁਸੀਂ ਐ ਲੱਗਦਾ ਵੀ ਤੰਦਰੁਸਤਾਂ ਪਰ ਜਿੱਦਾਂ ਤੁਸੀਂ ਦਵਾਈ ਖਾਣੋਂ ਹਟ ਗਏ ਉਦੋਂ ਫੇਰ ਬਿਮਾਰ ਆ ਡਾਕਟਰ ਖਾਦਰਵਾੜੀ ਡਾਕਟਰ ਅਮਰ ਸਿੰਘ ਆਜਾਦ ਰਮਿੰਦਰ ਦੱਤ ਤੇ ਤੁਸੀਂ ਇਹ ਗੱਲ ਸਿੱਧ ਕਰ ਦਿੱਤੀ ਕਿ ਇਹ ਜਿਹੜਾ ਕਟਕੀ ਹੈ ਰਾਗੀ ਹੈ ਜਵਾਰ ਹੈ ਸਵਾਕ ਹੈ ਕਣਕ ਛੋਨੇ ਨੂੰ ਛੱਡ ਕੇ ਸਾਡੀ ਦਵਾਈਆਂ ਦਾ ਇਲਾਜ ਇਹਦੇ ਵਿੱਚ ਹੈਗਾ ਇਲਾਜ ਕੀ ਆ ਜਿਹੜਾ ਸਾਡੀ ਖੁਰਾਕ ਆ ਖੁਰਾਕ ਮਾੜੀ ਹੋਣ ਕਰਕੇ ਹੀ ਤਾਂ ਸਾਨੂੰ ਬਿਮਾਰੀ ਲੱਗ ਰਹੀ ਆ ਜੇ ਅਸੀਂ ਖੁਰਾਕ ਹੁਣ ਜ਼ਹਿਰੀਲੀ ਖੁਰਾਕ ਖਾਵਾਂਗੇ ਗਾਲਤ ਟੰਗ ਨਾਲ ਚਾਰ ਕੀਤੀ ਖਰਾਕ ਖਾਵਾਂਗੇ ਤਾਂ ਸਾਡਾ ਸਰੀਰ ਚ ਅਨੁਕਸ ਪੈਣਾ ਹੀ ਆ ਜੇ ਆਪਾਂ ਕੁਦਰਤੀ ਸਿਸਟਮ ਇਹ ਜਿਹੜੇ ਆ اناਜ ਕੁਦਰਤੀ ਹੋਣ ਕਾਰਨ ਇਹ ਸਰੀਰ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਦਿੰਦੇ ਦਿੱਕਤ ਨਹੀਂ ਦਿੰਦੇ ਤਾਂ ਤੁਸੀਂ ਤੰਦਰੁਸਤ ਹੁਣ ਕੁਦਰਤ ਨੇ ਤੁਹਾਡਾ ਸਰੀਰ 125 ਸਾਲ ਵਾਸਤੇ ਬਣਾਇਆ ਉਹਨੂੰ ਹਰ ਇੱਕ ਪੱਖੋਂ ਠੀਕ ਕਰਨਾ ਹੁਣ ਜੇ ਤੁਹਾਡੇ ਸਰੀਰ 'ਚ ਕੋਈ ਨੁਕਸ ਪੈ ਜਾਂਦਾ 24 ਤੋਂ 48 ਘੰਟਿਆਂ ਦੇ ਵਿੱਚ ਕੁਦਰਤੀ ਸਿਸਟਮ ਨਾਲ ਜੇ 24 ਘੰਟਿਆਂ 'ਚ ਤੁਹਾਨੂੰ ਥੋੜਾ ਜਿਹਾ ਫਰਕ ਪੈ ਗਿਆ ਵੀ ਠੀਕ ਹੋ ਗਏ ਤੇ ਅਗਲੇ 24 ਘੰਟਿਆਂ 'ਚ ਕੁਦਰਤੀ ਸਿਸਟਮ ਨਾਲ ਹੀ ਤੁਸੀਂ ਠੀਕ ਹੋ ਜਾਣਾ ਹੈ ਖੁਨ ਨੂੰ ਦਵਾਈ ਲੈਣ ਦੀ ਲੋੜ ਨਹੀਂ ਪਰ ਅਸੀਂ 24 ਤੋਂ 48 ਘੰਟੇ ਡੀਕਦੇ ਹੀ ਨਹੀਂ ਪਹਿਲਾਂ ਹੀ ਡਾਕਟਰ ਕੋਲੇ ਭਾਈਦੇ ਆ ਡਾਕਟਰ ਕੀ ਡੰਡਾ ਤੁਹਾਨੂੰ ਪੇਨ ਕਲਰ ਦੇਤਾ ਦੂਸਰਾ ਡੇਟਾ ਉਹ ਕਿਰਾ ਤੁਹਾਨੂੰ ਆਏ ਲੱਗੂਗਾ ਵੀ ਠੀਕ ਆ ਉਹ ਜਿੰਨਾ ਚਿਰ ਗੋਲੀ ਦਾ ਸਾਰਾ ਉਹਨਾਂ ਚਿਰ ਉਹ ਤੁਹਾਨੂੰ ਮਹਿਸੂਸ ਨਹੀਂ ਹੋਣ ਦੂਗਾ ਤੁਹਾਨੂੰ ਆਏ ਲੱਗੂਗਾ ਵੀ ਠੀਕ ਆ ਪਰ ਇਸਲੀਅਤ ਆ ਜਿਹੜੀ ਉਹ ਉਹ ਅੰਦਰ ਹੋਰ ਆ ਉਹ ਸਮਾਂ ਦੀ ਜਿਹੜਾ ਕੁਦਰਤੀ ਸਿਸਟਮ ਨਾਲ ਥੋੜਾ ਨੁਕਸ ਦੂਰ ਹੋਣਾ ਸੀ ਉਹਦੇ ਵਿੱਚ ਅਸੀਂ ਦਵਾਈ ਨਾਂ ਦਾ ਲੈ ਕੇ ਤੇ ਉਹਨੂੰ ਰੋਕਦਾ ਰੋਕਤਾ ਕੁਦਰਤੀ ਸਿਸਟਮ ਨੇ ਠੋਡੇ ਨੇ ਕੰਮ ਨਹੀਂ ਕਰਨਾ ਦਵਾਈ ਨੇ ਜਿੰਨਾ ਚਿਰ ਉਹ ਦਾ ਅਸਰ ਆ ਉਹਨਾਂ ਚਿਹਰੀ ਆ ਮੁੜ ਕੇ ਫੇਰ ਤੁਸੀਂ ਦਵਾਈ ਲੋ ਇਹ ਤਾਂ ਇੱਕ ਮਾਲਾ ਬਹੁਤ ਟੱਕੜੀ ਸੋਚੀ ਸਮਝੀ ਇੱਕ ਤਾਂ ਸਭ ਤੋਂ ਮਹਿੰਗੀ ਇਲਾਜ ਪ੍ਰਣਾਲੀ ਆ ਇਹ ਲੋ ਬੈਠੀ ਤੇ ਠੀਕ ਨਾ ਕਰਨ ਦਾਇਕ ਤਰੀਕਾ ਵੀ ਆ ਚੋਰੀਸ਼ पे ਥੋੜੇ ਕੋਲ ਡਾਕਟਰ ਵੀ ਆਉਂਦੇ ਹੋਣੇ ਆਉਂਦੇ ਆ ਜੀ ਡਾਕਟਰ ਵੀ ਆਉਂਦੇ ਆ ਜੋ ਹੁਣ ਜਾਦਾ ਸਭ ਤੋਂ ਵੱਡੀ ਸਮੱਸਿਆ ਲੋਕਾਂ ਨੂੰ ਤਜਾਬ ਬਣਦਾ ਜੀ ਗੁਰਦੇ ਦੀ ਪਥਰੀ ਆ ਜੀ ਪਿੱਤੇ ਦੀ ਪਥਰੀ ਆ ਜੀ ਕਬਜਾ ਜੀ ਹੁਣ ਦਵਾਈ ਲਈ ਜਾਂਦਾ ਮੇਨ ਕਾਰਨ ਇਹਦਾ ਪਾਣੀ ਘੱਟ ਪੀਣ ਨਾਲ ਜੇ ਤੁਸੀਂ ਪਾਣੀ ਪੂਰਾ ਪਿਓਗੇ ਤਨੂੰ ਨਾ ਕਬਜ ਰਹੇਗੀ ਨਾ ਤੁਹਾਡੀ ਪਿੱਤੇ ਚ ਪੱਥਰੀ ਬਣੂਗੀ ਨਾ ਤੁਹਾਡੇ ਗੁਰਦੇ ਚ ਪੱਥਰੀ ਬਣੂਗੀ ਕਾਰਨ ਕੀ ਆ ਵੀ ਜਦੋਂ ਆਪਾਂ ਪਾਣੀ ਘੱਟ ਪੀਨੇ ਆ ਜਿਹੜਾ ਸਾਡਾ ਭੋਜਨ ਆ ਉਹ ਸੰਗਣਾ ਹੋ ਕੇ ਮਸਾਨੇ ਦੇ ਵਿੱਚ ਅੰਦਰ ਉਹਦੇ ਨਾਲ ਚਿਪਕ ਜਾਂਦਾ ਉਹ ਚਿਪਟਣ ਦੇ ਨਾਲ ਹੌਲੀ ਹੌਲੀ ਸਖਤ ਹੋ ਕੇ ਉਹ ਪੱਥਰੀ ਦਾ ਰੂਪ ਧਾਰ ਲੈਂਦਾ ਉਹ ਉਹ ਹੋਰ ਪਥਰੀ ਸਾਡੇ ਕੋਈ ਢਿੱਡੇ ਚ ਬਾਹਰੋਂ ਨਹੀਂ ਕਿਤੇ ਉਜਾਵੜੀ ਉਹ ਜਿਹੜਾ ਸੰਗਣਾ ਮਾਦਾ ਠੋਡੇ ਕਿੱਤੇ ਦੇ ਵਿੱਚ ਜਾਂ ਠੋਡੇ ਗੁਰਦੇ ਦੇ ਵਿੱਚ ਜਾਂ ਠੋਡੇ ਮਸਾਨੇ ਦੇ ਵਿੱਚ ਉਹ ਚਿਪਕ ਕੇ ਹੌਲੀ-ਹੌਲੀ ਉਹ ਕਰੜਾ ਹੋ ਕੇ ਪੱਥਰੀ ਬਣ ਜਾਂਦੀ ਜੇ ਅਸੀਂ ਪਾਣੀ ਪੂਰਾ ਪੀਵਾਂਗੇ ਤਾਂ ਇਹ ਇਹ ਸਮੱਸਿਆ ਆਉਗੀ ਨਹੀਂ ਬਿਲਕੁਲ ਸਨੇਹਾ ਕੀ ਆਮ ਲੋਕਾਂ ਨੂੰ ਜਿਹੜੇ ਤੁਹਾਨੂੰ ਅੱਜ ਦੇਖ ਰਹੇ ਨੇ ਉਹ ਕੀ ਕਰਨ ਡਾਕਟਰਾਂ ਦੀਆਂ ਮਹਿੰਗੀਆਂ ਦਵਾਈਆਂ ਤੋਂ ਖਹਿੜਾ ਛੱਡਣ ਤੇ ਕਣਖ ਝੋਨੇ ਦਾ ਬਦਲ ਵਜੋਂ ਤੁਹਾਡੇ ਵਾਂਗੂੰ ਇਸ ਤਰ੍ਹਾਂ ਦੇ ਜਿਹੜੇ ਨਵੇਂ ਆਯਾਦ ਹੈ ਉਹ ਕਰਨ ਮੈਂ ਤਾਂ ਸਭ ਨੂੰ ਸਾਡਾ ਜਿਹੜਾ ਸ਼ਾਇਦ ਬਿੱਟਾ ਜੀ ਤੁਸੀਂ ਪੜਿਆ ਵੀ ਹੋਣਾ ਲਿਟਰੇਚਰ ਜੈਵਿਕ ਖੇਤੀ ਅਪਣਾਓ ਜ਼ਮੀਨ ਤੇ ਸਿਹਤ ਬਚਾਓ ਮਨੁੱਖ ਦੀ ਪਹਿਲੀ ਲੋੜ ਹਵਾ ਖੁਰਾਕ ਤੇ ਪਾਣੀ ਅਸੀਂ ਚੰਨੇ ਹੀ ਖਰਾਬ ਕਰ ਲੇ ਕਿੰਨਾ ਚਿਰ ਅਸੀਂ ਖਰਾਕ ਚ ਸੁਧਾਰ ਨਹੀਂ ਕਰਾਂਗੇ ਬਗੈਰ ਜ਼ਹਿਰਾਂ ਤੋਂ ਇਹਨੂੰ ਤਿਆਰ ਕਰਕੇ ਯੂਜ਼ ਨਹੀਂ ਕਰਾਂਗੇ ਖਾਸ ਕਰਕੇ ਮੈਂ ਸਬਜੀ ਦਾ ਜਿਹੜੀ ਆਪਾਂ ਮੋਰਲ ਦੀ ਸਬਜੀ ਲੈਣੇ ਆ ਸਭ ਤੋਂ ਜ਼ਿਆਦਾ ਜ਼ਹਿਰ ਸਬਜੀ ਤਿਆਰ ਕਿਉਂਕਿ ਸਬਜੀ ਤਿਆਰ ਕਰਨ ਵਾਲਾ ਰੋਜ਼ ਸਪਰੇਅ ਕਰਦਾ ਉਮੀ ਤੋੜ ਕੇ ਬਾਜ਼ਾਰ ਚ ਵੇਚ ਜਾਂਦਾ ਅਸੀਂ ਉਹਨੂੰ ਅਗਲੇ ਦਿਨ ਯੂਜ਼ ਕਰ ਲੈਣੇ ਜੀ ਤਾਂ ਦੇਖ ਲੈਨੇ ਗੋਭੀ ਬੜੀ ਸੋਹਣੀ ਐ ਚਿੱਟੇ-ਚਿੱਟੇ ਫੁੱਲ ਐ ਔਰ ਵੈਂਗਣ ਬੜੇ ਸੋਹਣੇ ਐ ਪਹਿਲਾਂ ਹੁੰਦਾ ਸੀਗਾ ਕਿ ਲੋਕ ਕਹਿੰਦੇ ਸੀਗੇ ਵੀ ਜਿਹੜੀ ਜਿਹਦੇ 'ਚ ਕੀੜਾ ਹੈਗਾ ਉਹ ਖਾਓ ਲੇਕਿਨ ਹੁਣ ਅਸੀਂ ਉਹਨੂੰ ਉਹਦੀ ਦਿੱਖ ਸੋਹਣੀ ਦੇਖ ਕੇ ਲੈਣ ਲੱਗ ਪਏ ਇਹੀ ਤਾਂ ਬਿੱਟਾ ਜੀ ਕਾਰਨ ਆ ਵੀ ਅਸੀਂ ਤਾਂ ਹੀ ਬਾਜ਼ਾਰ 'ਚ ਉਹੋ ਜੀ ਚੀਜ਼ ਪਰੋਸੀ ਜਾਂਦੀ ਐ ਸੋਹਣੀ ਪਰ ਉਹਦੇ ਗੁਣ ਨਹੀਂ ਦੇਖੇ ਜਾਂਦੇ ਸਾਨੂੰ ਗੁਣ ਚਾਹੀਦੇ ਆ ਨਾ ਕਿ ਸਾਨੂੰ ਉਹ ਸੋਹਣੀ ਚਾਹੀਦੀ ਕਿੰਨੀ ਸਬਜੀ ਤੁਸੀਂ ਲਾਉਂਦੇ ਹੋ ਤੇ ਪ੍ਰੋਡਕਸ਼ਨ ਉਹਦੀ ਕੀ ਕਨੀ ਕਹਗੀ ਅਸੀਂ ਆਪਦੇ ਘਰ ਜੋਗਰੀ ਸਬਜੀ ਤਕਰੀਬਨ ਲਾਉਂਦੇ ਆ ਜੀ ਸਾਰੇ ਜਿੰਨੀ ਸਾਨੂੰ ਲੋੜ ਹੁੰਦੀ ਆ ਦੋ ਕੁ ਮਹੀਨੇ ਸਾਨੂੰ ਥੋੜੀ ਜਿਹੀ ਜਦੋਂ بارش ਵੱਧ ਹੋ ਜਾਂਦੀ ਆ ਉਹਨੂੰ ਸਾਡੀ ਸਬਜੀ ਚ ਪਾਣੀ ਖੜਨ ਕਾਰਨ ਸੇਮ ਦਾ ਹੋਣ ਕਰਕੇ ਉਹਨੂੰ ਸਾਨੂੰ ਦਿੱਕਤ ਆਉਂਦੀ ਆ ਉ ਅਸੀਂ ਜਿੰਨੀ ਸਬਜੀ ਜਾਂ ਆਪਦੇ ਪਸ਼ੂਆਂ ਵਾਸਤੇ ਪੱਠੇ ਖਾਣ ਵਾਸਤੇ ਕਣਕ ਵਗੈਰਾ ਉਹ ਆਪ ਡੀਸੀ ਬਣਾ ਸਰ ਪ੍ਰਿਆਨ ਤੋਂ ਤਿਆਰ ਕਰਦੇ ਆਂ ਔਰ ਸਾਡੇ ਕਦੇ ਵੀ ਪਸ਼ੂ ਨੂੰ ਕੋਈ ਸਮੱਸਿਆ ਨਹੀਂ ਆਈ ਕੋਈ ਸਾਡੇ ਆਮ ਪਰਵਾਤ ਕੋਈ ਵੱਡੀ ਬਿਮਾਰੀ ਵਾਲੀ ਸਾਡੀ ਮਾਤਾ ਜੀ ਇਸ ਟਾਈਮ ਅਸੀਂ 85 ਸਾਲ ਦੀ ਆ ਉਹਨੂੰ ਕੋਈ ਨਿਗਾਟਾ ਉਦੀ ਥੋੜੀ ਘਟ ਗਈ ਤੇ ਉਹਨੂੰ ਨਾ ਕੋਈ ਗੋਡਿਆਂ ਦੀ ਸਮੱਸਿਆ ਨਾ ਹੀ ਕੋਈ ਹੋਰ ਸ਼ੂਗਰ ਵਗੈਰਾ ਨਹੀਂ ਕੋਈ ਹੋਰ ਕਿਸੇ ਕਿਸਮ ਦੀ ਕੋਈ ਤਖਲੀਫ ਨਹੀਂ ਬਿਲਕੁਲ ਹਾਂ ਇਹ ਅਸੀਂ ਡਾਕਟਰ ਅੰਗਰੇਜ ਸਿੰਘ ਭੁੱਲਰ ਦਾ ਬਾਇਓ ਟੈਕਨੋਲੋਜੀ ਖੇਤੀ ਸੈਂਟਰ ਹੈ ਪਿੰਡ ਭੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਲੋਕਾਂ ਦਾ ਨਜ਼ਰੀਆ ਕਿਸ ਤਰ੍ਹਾਂ ਦਾ ਸੀ ਤੇ ਹੁਣ ਕਿਸ ਤਰ੍ਹਾਂ ਦਾ ਹੈ ਖਾਸ ਤੌਰ ਤੇ ਆਪਣੇ ਮਾਲਵਾ ਖੇਤੇ ਦੇ ਵਿੱਚ ਹਾਂਜੀ ਸ਼ੁਰੂ ਕਰਨ ਵੇਲੇ ਤਾਂ ਉਦੋਂ ਲੋਕ ਅ ਪਹਿਲੀ ਗੱਲ ਤਾਂ ਇਸ ਗੱਲ ਨੂੰ ਯੂਨੀਵਰਸਿਟੀ ਚ ਕਈ ਵਾਰੀ ਸਾਡੇ ਨਾਲ ਵੈਸ ਵੀ ਹੋਈ ਯੂਨੀਵਰਸਿਟੀ ਵਾਲੇ ਡਾਕਟਰ ਵਗੈਰਾ ਅਕ੍ਰਿਹੀ ਵਿਗਿਆਨ ਕੇਂਦਰ ਵਾਲੇ ਡਾਕਟਰਾਂ ਨਾਲ ਲੋਕਾਂ ਨੂੰ ਤੁਸੀਂ ਭੁੱਖੇ ਮਾਰ ਦੋਗੇ ਸਾਡੇ ਕਹਿੰਦੇ ਭੁੱਖੇ ਮਾਰਨ ਵਾਲਾ ਮਾਲਾ ਦੋਸ਼ ਮੜਿਆ ਜਾਂਦਾ ਥੱppa ਲਾ ਦਿੰਦੇ ਆ ਵੀ ਇਹ ਤਾਂ ਜੀ ਇਹਦਾ ਪੈਦਾਵਾਰ ਘਟ ਹੋਏਗੀ ਝਾੜ ਘਟ ਹੋਏਗਾ ਸਰਵਾਈਵ ਨਹੀਂ ਕਰੋਗੇ ਤੁਸੀਂ ਤੁਹਾਡੀ ਆਮਦਨ ਨਹੀਂ ਹੋਣੀ ਹਾਂ ਇਹ ਪਹਿਲਾਂ ਪਹਿਲਾਂ ਤਾਂ ਸਾਨੂੰ ਇਹ ਠੱppa ਲਾਉਂਦੇ ਰਹੇ ਜਿਵੇਂ ਜਿਵੇਂ ਹੌਲੀ ਹੌਲੀ ਮੈਂ ਤੁਹਾਨੂੰ ਪਿਛਲੇ ਟਾਈਮ ਦੀ ਗੱਲ ਦੱਸ ਦਿੰਨਾ ਹੈ ਡਾਕਟਰ ਨਰਮਲ ਸਿੰਘ ਢਾਲੀਵਾਲ ਇੱਥੇ ਖੇਤੀਬੀ ਵਿਗਿਆਨ ਕੇਂਦਰ ਚ ਹੈਗੇ ਆ ਐਸੋਸੀਏਟ ਪ੍ਰੋਫੈਸਰ ਹਾਂ ਤੇ ਚੀਫ ਐਗਰੀਕਲਚਰ ਇੱਥੇ ਬਿਆਨਤ ਸਿੰਘ ਸੀਗੇ ਉਹ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਆਦੇ ਵੀ ਤੁਸੀਂ ਲੋਕਾਂ ਨੂੰ ਭੁੱਖੇ ਮਾਰ ਦਊ ਮੈਨੂੰ ਉਹ ਆਪਦੀ ਜਗ੍ਹਾ ਤੇ ਸਹੀ ਹੈ ਕਿਉਂਕਿ ਉਹਨਾਂ ਨੇ ਉਹ ਯੂਨੀਵਰਸਿਟੀ ਦੀ ਹੈ ਖੇਤੀ ਗੱਲ ਪੂਰੀ ਕਰਨ ਦਿਓ ਜਿਨੂ ਉਹਨਾਂ ਨੇ ਮੈਨੂੰ ਇਹ ਗੱਲ ਆਖੀ ਤੇ ਮੈਂ ਬਾਸਪਤੀ ਚੌਲ 1 ਕਿਲੋ ਨਿਰਮਲ ਸਿੰਘ ਨੂੰ ਦਿੱਤੇ ਤੇ 1 ਕਿਲੋ ਬਿਆਨਤ ਸਿੰਘ ਨੂੰ ਦਿੱਤੇ ਡਾਕਟਰ ਬਿਆਨਤ ਸਿੰਘ ਹਾਂ ਦੇ ਕੇ ਮੈਂ ਕਿਹਾ ਜੀ ਇਹ ਤੁਸੀਂ ਨਾ ਖਾ ਕੇ ਦੇਖੋ ਮੈਂ ਉਹਨਾਂ ਨੂੰ ਇਹ ਗੱਲ ਕਹਿ ਕੇ ਚੁੱਪ ਕਰਕੇ ਮੁੜਿਆ ਜਿਨੂ ਉਹ ਚੌਲ ਖਾ ਕੇ ਦੇਖੇ ਅਨੇ ਵੀ ਵਾਕਿਆ ਫਰਕ ਮੰਨਗੇ ਮੰਨਗੇ ਹਾਂ ਮੰਨਗੇ ਤੇ ਮੁੜ ਕੇ ਇੱਥੇ ਆ ਕੇ ਵੀ ਮੇਰੇ ਕੋਲੇ ਉਹਨਾਂ ਨੇ ਦੇਖਿਆ ਫਾਰਮਟੇ ਵੀ ਆਏ ਹੁਣ ਵੀ ਬਹੁਤ ਵਾਰੀ ਆਏ ਆ ਤੇ ਬਿਆਨ ਸਿੰਘ ਤਾਂ ਹੁਣ ਸ਼ਾਇਰ ਰਿਟਾਇਰ ਹੋ ਗਏ ਤੇ ਉਹਨੂੰ ਮਗਰੋਂ ਇੱਕ ਕ੍ਰੀषि ਵਿਗਿਆਨ ਕੇਂਦਰ ਚ ਫੰਕਸ਼ਨ ਸੀਗਾ ਬਿਆਨ ਸਿੰਘ ਨੇ ਆਪ ਆਖਿਆ ਜੀ ਅਖੇ ਮੈਂ ਵੀ ਇੱਕ ਸਾਲ ਕਣਕ ਬੀਜੀ ਸੀਗੀ ਤੇ ਉਹ ਜਮਾ ਹੀ ਅਖੇ ਮਰੇ ਜੇ ਦਾਣੇ ਰਹ ਗਏ ਕਿ ਡਰ ਲੱਗਣ ਲੱਗ ਪਿਆ ਵੀ ਗਲਤ ਪੰਗਾ ਲੈ ਲਿਆ ਹਾਂ ਤੇ ਜਦੋਂ ਮੈਂ ਉਹਨੂੰ ਸਾਡੀ ਕਣਕ ਲਾ ਜਾ ਕੇ ਦਿਖਾਈ ਤੇ ਉਹ ਪੂਰੀ ਮੋٹے ਦਾਣੇ ਤੇ ਸਾਰਾ ਕੁਝ ਆਦਾ ਵੀ ਇਹ ਜਿਹੜਾ ਅਸਲ ਬਿੱਟਾ ਜੀ ਕਾਰਨ ਆ ਨਾ ਜੇ ਆਪਾਂ ਕਣਕ ਚ ਨਹੀਂ ਬੀਜਾਂਗੇ ਤਾਂ ਇਹ ਆਰਗੈਨਿਕ ਚ ਨਹੀਂ ਕੰਮ ਜਾ ਮੈਂ ਉਹੀ ਜਾਂਦਾ ਸੀ ਇੱਕ ਖੇਤ ਮੰਨ ਲਓ ਕੋਈ ਸਾਡਾ ਭਰਾ ਜਿਹੜਾ ਤੁਹਾਨੂੰ ਅੱਜ ਦੇਖ ਰਿਹਾ ਹੈ ਹਾਂਜੀ ਉਹ ਤੁਹਾਡੇ ਵਾਂਗੂ ਸੋਚਦਾ ਕਿ ਮੈਂ ਵੀ ਇਸ ਪਾਸੇ ਤੁਰਾਂ ਤੇ ਕਿੰਨੇ ਸਾਲਾਂ ਬਾਅਦ ਯਾਨੀ ਉਹਦੀ ਜਿਹੜੀ ਮਿੱਟੀ ਦੀ ਕੁਆਲਿਟੀ ਹੈ ਜਿਹੜੀ ਉਹ ਗੁਣਵੱਤਾ ਹੈਗੀ ਹੈ ਉਹ ਜੈਵਿਕ ਦੇ ਨਾਲ ਮੇਲ ਖਾਏਗੀ ਅਸਲ ਜਿਹੜਾ ਮਤਲਬ ਸਰਕਾਰੀ ਮਾਪ ਡੰਡਾ ਉਹ 10 ਸਾਲ ਚੈੱਕ ਕਰਕੇ ਤੁਹਾਨੂੰ ਆਰਗੈਨਿਕ ਦਾ ਰਜਿਸਟ੍ਰੇਸ਼ਨ ਹੋਊਗਾ ਜਿਹੜਾ ਪੀਜੀ ਪੀਜੀਐਸ ਸਰਟੀਫਿਕੇਟ ਮਿਲਦਾ ਹਾਂਜੀ ਪੀਜੀਐਸ ਪਰ ਇਹਦੇ ਚ ਮੈਂ ਜਿਹੜਾ ਸਮਝਦਾ ਆਂ ਵੀ ਇੱਕ ਫਸਲ ਫਲੀਦਾਰ ਬੀਜੋ ਇੱਕ ਸਿੱਟੀ ਵਾਲੀ ਬੀਜੋ ਤਾਂ ਕੋਈ ਬਹੁਤਾ ਲੰਮਾ ਟਾਈਮ ਤੁਹਾਨੂੰ ਨਹੀਂ ਕਰਨਾ ਪੈਂਦਾ ਪਰ ਟੈਕਨੀਕ ਇਹ ਹੋਣੀ ਚਾਹੀਦੀ ਆ ਵੀ ਇੱਕ ਸਾਡੀ ਫਸਲ ਫਲੀਦਾਰ ਆ ਗਈ ਤਾਂ ਅਗਲੀ ਸਿੱਟੀ ਵਾਲੀ ਆ ਜੇ ਉਦੋਂ ਗਾਂ ਕੇਂਜ ਜਰੂਰ ਹਰ ਤੀਜੇ ਸਾਲ ਥੋੜੀ ਫਸਲ ਬਦਲਵੀ ਆਉਣੀ ਚਾਹੀਦੀ ਲਗਾਤਾਰ 2 ਸਾਲ ਜਿਹੜੀ ਫਸਲ ਬੀਜ ਲਈ ਤੀਜੇ ਸਾਲ ਉਹ ਫਸਲ ਚੇਂਜ ਹੋਣੀ ਚਾਹੀਦੀ ਆ ਵਾਣ ਦੇ ਵਿੱਚ ਇੱਕ ਤਾਂ ਉਹ ਨਦੀਨਾ ਦੀ ਵੀ ਸਮੱਸਿਆ ਖਤਮ ਹੋ ਜਾਂਦੀ ਆ ਫਿਰ ਥੋੜਾ ਜਿਹੜਾ ਜਮੀਨ ਦੀ ਉਪਜਾਊ ਸ਼ਕਤੀ ਆ ਉਹਦੇ ਚ ਵੀ ਜ਼ਮੀਨ ਚ ਪਹਿਲੀ ਗੱਲ ਤਾਂ ਕੋਈ ਘਾਟ ਹੀ ਹੈ ਨਹੀਂ ਕਿਸੇ ਤਰ੍ਹਾਂ ਦੀ ਪਰ ਇਹ ਸਮੱਸਿਆ ਅਸੀਂ ਖੜੀ ਕਰ ਐਂਡ ਟੀ ਵੀ ਲਗਾਤਾਰ ਕਣਕ ਝੋਨਾ ਕਣਕ ਝੋਨਾ ਬੀਜੀ ਜਾ ਰਹੇ ਆ ਤੇ ਉਹਦੇ ਕਾਰਨ ਕਰਕੇ ਕਈ ਟੱਟਾਂ ਦੀ ਘਾਟ ਆਉਣ ਲੱਗ ਪਈ ਤੇ ਉਹ ਸਾਨੂੰ ਬਾਹਰੋਂ ਦੇਣੇ ਪੈਂਦੇ ਆ ਸਾਨੂੰ ਬਦਲ ਬਦਲਣਾ ਪੈਣਾ ਹੀ ਹੈ ਹਾਂ ਸਾਨੂੰ ਸਭ ਤੋਂ ਮੇਨ ਇਹ ਆ ਵੀ ਇੱਕ ਤਾਂ ਫਸਲਾਂ ਚੇਂਜ ਕਰਕੇ ਬੀਜਣੀਆਂ ਪੈਣੀਆਂ ਦੂਜਾ ਇੱਕ ਫਸਲ ਫਲੀਦਾਰ ਇੱਕ ਸੱਟੀ ਵਾਲੀ ਲਿਆਉਣੀ ਪਊਗੀ ਤੀਜਾ ਰੁੱਤ ਸਰ ਬੀਜਣੀ ਪਊ ਰੋਟਟੋ ਅਸੀਂ ਆਊਟ ਨਹੀਂ ਬੀਜ ਸਕਦੇ ਜੇ ਤੁਸੀਂ ਰੋਟਟੋ ਆਊਟ ਬੀਜੋਗੇ ਤਾਂ ਬਿਮਾਰੀ ਤੁਹਾਡੇ ਆਊਗੀ ਆਊਗੀ ਕੋਈ ਦੁਨੀਆ ਦੀ ਤਾਕਤ ਨਹੀਂ ਵੀ ਉਹਨੂੰ ਰੋਕ ਦੇ ਸੋ ਇਹ ਸਨ ਸਰਦਾਰ ਅੰਗਰੇਜ਼ ਸਿੰਘ ਭੁੱਲਰ ਜਿਨ੍ਹਾਂ ਨੇ ਕਣਕ ਝੋਨੇ ਦਾ ਫਸਲੀ ਚੱਕਰ ਨੂੰ ਪਿਛਲੇ ਕਈ ਸਾਲਾਂ ਤੋਂ ਖਤਮ ਕਰਕੇ ਆਪਣੇ ਲੈਵਲ ਤੇ ਜੈਵਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਔਰ ਹੁਣ ਇਹਨਾਂ ਨੇ ਮਿਲਟ ਬਿਜ਼ਨਸ ਸ਼ੁਰੂ ਕਰ ਦਿੱਤੇ ਨੇ ਮਿਲਟ ਦਾ ਕੀ ਫਾਇਦਾ ਹੈਗਾ ਪੰਜਾਬ ਦੇ ਲੋਕ ਜੇਕਰ ਮਿਲਟ ਖਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਾਹਰਨੀਆਂ ਸਟੇਟਾਂ ਤੋਂ ਜਿਹੜੇ ਮਿਲਟ ਮੰਗਾਉਂਦੇ ਸੀ ਇੱਕ ਤਾਂ ਉਹ ਨਹੀਂ ਮੰਗਾਵਾਂਗੇ ਦੂਜਾ ਕਣਕ ਛੋਣੇ ਦੇ ਬਦਲ ਵਜੋਂ ਮਿਲਟ ਦਾ ਚੰਗਾ ਪਾ ਹੈਗਾ ਔਰ ਬਿਮਾਰੀਆਂ ਤੋਂ ਇਹ ਮੁਕਤੀ ਦਿਵਾਉਂਦਾ ਹੈ ਤੇ ਸਾਨੂੰ ਡਾਕਟਰੀ ਦਵਾਈਆਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ ਡਾਕਟਰ ਖਾਦਰਵਾਲੀ ਡਾਕਟਰ ਅਮਿੰਦਰ ਦੱਤ ਔਰ ਡਾਕਟਰ ਅਮਰ ਸਿੰਘ ਆਜਾਦ ਇਸ ਗੱਲ ਤੇ ਜ਼ੋਰ ਵੀ ਦਿੰਦੇ ਨੇ ਕਿ ਜੇਕਰ ਤੁਸੀਂ ਮਿਲਟ ਅਗਾਉਂਗੇ ਤਾਂ ਪੰਜਾਬ ਦੀ ਧਰਤੀ ਆਬੋ ਹਵਾ ਪਾਣ ਪਾਣੀ ਵੀ ਠੀਕ ਰਹੇਗਾ ਔਰ ਮੀਂਹ ਵਾਲੇ ਪਾਣੀ ਨਾਲੇ ਫਸਲਾਂ ਹੋ ਸਕਦੀਆਂ ਆਸ ਕਰਦੇ ਆ ਕਿ ਤੁਸੀਂ ਵੀ ਸਰਦਾਰ ਅਗਰੇ ਸਿੰਘ ਭੁੱਲਰ ਦੀ ਤਰ੍ਹਾਂ ਕੁਝ ਨਾ ਕੁਝ ਉਪਰਾਲੇ ਜਰੂਰ ਕਰੋਗੇ ਤਾਂ ਜੋ ਤੁਹਾਡੀ ਸਿਹਤ ਤੇ ਸਾਡੇ ਪੰਜਾਬ ਦੀ ਜਿਹੜੀ ਜਰਖੇ ਜ਼ਮੀਨ ਹੈ ਉਹ ਸਫਲ ਹੋਵੇ ਤੇ ਪੌਣ ਪਾਣੀ ਸਾਡਾ ਅੱਛਾ ਹੋਵੇ ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦੇ ਇਜਾਜ਼ਤ